ਖੇਡ ਮੈਦਾਨ ਦੇ ਵਿੱਚ ਜਲਦ ਤੋਂ ਅਗਲੇ ਮੈਚਾਂ ਦੇ ਲਈ ਆਪਣੇ ਆਪ ਨੂੰ ਤਿਆਰ ਕਰਕੇ ਪਹੁੰਚਣ। ਚੱਲਦੇ ਹੋਏ ਮੁਕਾਬਲੇ ਦੇ ਦਰਮਿਆਨ ਚੜਕ ਦੀ ਟੀਮ ਜੇਤੂ ਰਹੀ ਹੈ ਜੀ। ਚੜਕ ਇਹਦੀ ਟੀਮ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀ ਟੀਮ ਹੈ। ਪਗਤਾ ਭਾਈਕਾ ਤੇ ਪੈਣੀ ਫਲੈਰ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆਉਣ। ਉਸ ਤੋਂ ਬਾਅਦ ਟੰਡੀਆਂ ਵਰਸੇ ਹਰੀ ਕੇ ਕਲਾਂ, ਰੋਲੀ ਭਾਈ ਤੇ ਰੋਡੂ ਕਲੱਬ ਕੌਂਕੇ, ਮਾਣੁਕੇ ਵੀ ਵਰਸੇ ਤਰਨ ਤਰਨ ਤੇ ਲੰਡੇ ਦੀ ਟੀਮ ਜੋ 22 ਵਿੱਚ ਹੈ। ਇਹ ਸਾਡੇ ਪ੍ਰਬੰਧਕ ਵੀਰਾਂ ਨੇ ਉਹਨਾਂ ਦੇ ਜੋ ਟਾਈਆਂ ਕੱਢੀਆਂ। ਬੇਨਤੀ ਹੈ ਭਗਤੇ ਭਾਈਕੇ ਦੀ ਟੀਮ ਖੇਡ ਮੈਦਾਨ ਦੇ ਵਿੱਚ ਆਵੇ ਆਪਣੇ ਆਪ ਨੂੰ ਤਿਆਰ ਕਰਕੇ। ਭਗਤੇ ਭਾਈਕੇ ਦੀ ਟੀਮ ਖੇਡ ਮੈਦਾਨ ਦੇ ਵਿੱਚ ਜਲਦ ਜਲਦ ਪਹੁੰਚੇ। ਉਧਰ ਕਹਿੰਦੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਲਾਡੀ ਬਧੇਰ ਜੀ ਕੈਨੇਡਾ ਦੇ ਵਿੱਚ ਬੈਠੇ ਹੈ। ਸੋਸਣ ਦੇ ਕਹਿੰਦੇ ਵੀ 8 ਤੇ 9 ਤਰੀਕ ਨੂੰ ਖੁੱਲੇ ਸੱਦੇ ਦੇ ਰਹੇ ਨੇ ਕਬੱਡੀ ਟੂਰਨਾਮੈਂਟ ਦੇ ਉੱਪਰ। ਉੱਥੇ ਕਹਿੰਦੇ ਵੀ ਨਾਲ ਜਲਾਲ ਵਾਲਾ ਗੁਰਮਣ ਕੈਨੇਡਾ ਦੀ ਧਰਤੀ ਤੇ ਰਹਿਣ ਬਸੇਰੇ ਕੀਤੇ ਨੇ, ਧੰਨਵਾਦ ਕਰਦੇ ਹਾਂ। ਉੱਥੇ ਭਗਤੇ ਭਾਈਕੇ ਦੀ ਟੀਮ ਪਹੁੰਚੀ ਹੈ। ਭਗਤੇ ਦੇ ਲਈ ਕਹਿੰਦੇ ਵੀ ਗੁਰਮਣ ਜਲਾਲ ਵਾਲਾ ਲੰਮਾ ਸਮਾਂ ਖੇਡਿਆ, ਅੱਜ ਕੱਲ੍ਹ ਬਤੌਰ ਕੈਨੇਡਾ ਦੇ ਵਿੱਚ ਬੈਠਾ ਹੈ। ਉੱਥੇ ਕਹਿੰਦੇ ਵੀ ਭਗਤਾ ਭਾਈਕਾ ਵਰਸੇ ਭੈਣੀ ਦੀਆਂ ਟੀਮਾਂ ਦੇ ਦਰਮਿਆਨ ਇਹ ਮੁਕਾਬਲਾ ਖੇਡਿਆ ਜਾਵੇਗਾ, ਧੰਨਵਾਦ ਕਰਦੇ ਹਾਂ। ਕੋਕਰੀ ਵਾਲਾ ਹਰਦੀਪ ਜੋ ਮੈਚਾਂ ਦੀ ਗੱਲ ਕਰੇਗਾ। ਭਗਤਾ ਭਾਈ ਤੇ ਭੈਣੀ ਫਲੌਰ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਆਪਾਂ ਜਲਦ ਸ਼ੁਰੂਆਤ ਕਰਾਂਗੇ ਇਸ ਮੈਚ ਦੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਕਿ ਟੀਵੀ ਅਖਬਾਰਾਂ ਵਿੱਚ ਨਾ ਬੋਲਦਾ ਇੱਕ ਪਿੰਡ ਨਹੀਂ, ਉਹ ਥਾਂ ਥਾਂ ਬੋਲਦਾ ਕਿਹਦਾ ਪੁੱਤ ਪੋਤਾ ਕਿਹੜਾ ਪਿੰਡ ਜੋਧਿਆ ਤੇ ਚੰਡਿਆ ਕਿਹੜੇ ਕੋਚ ਮਹਾਨ ਦਾ ਪੁੱਤ, ਜਿਨ੍ਹਾਂ ਮਾਵਾਂ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਵਾਕਈ ਗੱਲ 16 ਨੇ ਸੱਚ ਹੈ, ਜਿਨ੍ਹਾਂ ਮਾਵਾਂ ਦੇ ਪੁੱਤ ਕਬੱਡੀ ਖੇਡਦੇ ਹੈ ਸਾਰੇ ਖਾਨਦਾਨ ਦਾ ਨਾਂ ਉੱਚਾ ਚੁੱਕ ਦਿੰਦੇ ਹੈ। ਅਗਲੇ ਮੈਚ ਲਈ ਡਰੋਲੀ ਭਾਈ ਤੇ ਦੱਸੀ ਵੀ ਨੌਜਵਾਨਾਂ ਕਿਹੜੀ ਟੀਮ ਹੈ। ਡਰੋਲੀ ਭਾਈ ਟੰਡੀਆਂ ਵਰਸੇ ਹਰੀ ਕੇ ਕਲਾ, ਟੰਡੀਆਂ ਤੇ ਹਰੀ ਕੇ ਕਲਾ ਦਾ ਮੈਚ ਹੋਵੇਗਾ ਤੇ ਡਰੋਲੀ ਭਾਈ ਤੇ ਰੋਡੂ ਕਲੱਬ ਕੌਂਕਿਆਂ ਦਾ ਮੈਚ ਹੋਵੇਗਾ। ਉੱਥੇ ਵੱਡੇ ਮਾਣ ਦੀ ਗੱਲ ਹੈ ਕਿ ਮਾਣੁਕਾ ਦੀ ਧਰਤੀ ਤੇ ਹੈਲੋ ਪੈਣੀ ਫਲੌਰ ਦੀ ਟੀਮ ਚੜ੍ਹਦੇ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਟੀਮ ਭਗਤੇ ਭਾਈ ਦੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ, ਲਹਿੰਦੇ ਵਾਲੇ ਪਾਸੇ ਟੀਮ ਭਗਤੇ ਭਾਈ ਦੀ, ਚੜ੍ਹਦੇ ਵਾਲੇ ਪਾਸੇ ਟੀਮ ਪੈਣੀ ਫਲੌਰ ਦੀ। ਸਾਡੇ 7 ਤੇ 8 ਪੁਆਇੰਟ ਉੱਡ ਗਏ ਇਸ ਮੈਚ ਦੇ, ਸਾਡੇ 7 ਤੇ 8 ਪੁਆਇੰਟ ਉੱਡ ਗਏ ਇਸ ਮੈਚ ਦੇ। ਚੱਲ ਵੀ ਨੌਜਵਾਨਾਂ ਵੱਧ ਅੱਗੇ ਪਾ ਕਬੱਡੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ। ਪੈਣੀ ਫਲੌਰ ਦੀ ਟੀਮ ਤੇ ਭਗਤੇ ਭਾਈ ਦੀ ਟੀਮ, ਦੋਨੋਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ। ਚੱਲ ਵੀ ਨੌਜਵਾਨਾਂ ਵੱਧ ਅੱਗੇ ਪਾ ਕਬੱਡੀ ਕਿ ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤ ਲਕੋਦਰ ਦੀ ਆਏ ਪੰਜਾਬ ਦੀ ਯਾਦ ਜਦੋਂ ਨੂੰ ਹੁਣ ਵੀ ਉਧਰ ਦੀ ਯਾਦਾਂ ਪੱਲੇ ਬੰਨ ਲਿਆ ਏ ਨਾਲ ਜਲੰਧਰ ਤੋਂ। ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ, ਅੱਜ ਸੱਜਣਾ ਦੀ ਆਈ ਹੈ ਸਾਨੂੰ ਕਾਲ ਜਲੰਧਰ ਤੋਂ। ਬੋਵਾ ਕਹਿੰਦੇ ਇਸ ਖਿਡਾਰੀ ਨੂੰ ਮੇਰੇ ਵੀਰ, ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਭੈਣੀ ਫਲੌਰ ਵਾਲਾ ਬੋਵਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਭਗਤੇ ਵਾਲੇ ਗੱਭਰੂ ਦੀ ਪਈ ਹੋਈ ਕਬੱਡੀ ਤੇ, ਹਾਂਜੀ ਉਧਰ ਸਾਡੇ ਇਕਬਾਲ ਸਿੰਘ ਜੀ ਜੋ ਕਲੱਬ ਦੇ ਪ੍ਰਧਾਨ ਨੇ ਉਹਨਾਂ ਦੇ ਮਾਮੇ ਦੇ ਲੜਕਾ ਜੀ ਸਰਦਾਰ ਬਲਜਿੰਦਰ ਸਿੰਘ ਜੀ ਕੈਨੇਡਾ ਵਾਲੇ ਉੱਚੇ ਤੌਰ ਤੇ ਪਹੁੰਚੇ ਹੈ, ਜਿਨ੍ਹਾਂ ਵੱਲੋਂ ਮਾਣੁਕੇ ਦੇ ਕਬੱਡੀ ਕੱਪ ਦੇ ਉੱਪਰ ਪੂਰਾ 2 ਲੱਖ ਰੁਪਏ ਦਿੱਤਾ ਹੈਗਾ। ਇਹ ਵੱਡੇ ਮਾਣ ਦੀ ਗੱਲ ਹੈ। ਇਕਬਾਲ ਸਿੰਘ ਜੀ ਜੋ ਕਲੱਬ ਦੇ ਪ੍ਰਧਾਨ ਨੇ ਉਹਨਾਂ ਦੇ ਮਾਮਾ ਜੀ ਦੇ ਲੜਕੇ ਹੈ ਬਲਜਿੰਦਰ ਸਿੰਘ ਜੀ ਕੈਨੇਡੀਅਨ ਉੱਚੇ ਤੌਰ ਤੇ ਪਹੁੰਚੇ ਨੇ। ਧੰਨਵਾਦ ਕਰਦੇ ਹਾਂ, ਵੱਡੇ ਯੋਗਦਾਨ ਵੱਡੇ ਸਹਿਯੋਗ ਇਸ ਟੂਰਨਾਮੈਂਟ ਦੇ ਲਈ ਪਹੁੰਚੇ, ਧੰਨਵਾਦ ਕਰਦੇ ਹਾਂ। ਉੱਥੇ ਦੱਸਦੇ ਬੋਲਾਂ ਤੋਂ ਖੁਸ਼ ਹੋ ਕੇ ਕਾਫੀ ਵੱਡਾ ਮਾਣ ਸਨਮਾਨ ਪਹੁੰਚਿਆ ਹੈ। ਬਖਸ਼ੀਸ਼ ਸਿੰਘ ਜੀ ਸਰਪੰਚ ਸਾਹਿਬ ਵੱਲੋਂ, ਜਗਤਾਰ ਸਿੰਘ ਜੀ ਚੇਅਰਮੈਨ ਸਾਹਿਬ ਵੱਲੋਂ ਵੱਡਾ ਮਾਣ ਸਨਮਾਨ ਪਹੁੰਚਿਆ ਹੈ। ਬੋਲਾਂ ਤੋਂ ਖੁਸ਼ ਹੋ ਕੇ ਧੰਨਵਾਦ ਕਰਦੇ ਹਾਂ। ਲੋ ਭਗਤੇ ਵਾਲਾ ਪੀਤਾ ਕਬੱਡੀ ਵਾਧਾ ਹੋਇਆ। ਕੋਈ ਕਹਿੰਦੇ ਵੀ ਨਾਗ ਕਹਿੰਦਾ ਇਹਨੂੰ, ਕੋਈ ਭਗਤੇ ਵਾਲਾ ਪੀਤਾ ਕਹਿੰਦਾ ਹੈ, ਇਹ ਛੋਟਾ ਪੀਤਾ ਹੈ। ਇੱਕ ਵੱਡਾ ਪੀਤਾ ਜੋ ਇੰਗਲੈਂਡ ਦੇ ਵਿੱਚ ਖੇਡਿਆ ਜਾਫੀਆਂ ਦੇ ਤੌਰ ਤੇ।
पर आ भगते वाला पीता खेड मैदान पाई हुई रेड़ भगते दूतों वाला खूह मशहूर है भगते का करमजीत पुरी मशहूर है भगते का केवल वाला गभरू है नूर महल दे रही है खिलाड़ी मेरे वीर कमल कहते अमन कहते इस खिलाड़ी ला तकड़ा जफा अपनी टीम ले पॉइंट का वाधा करता हुआ अमन इस वे भैनी वाले ने ला तकड़ा जफा अपनी टीम ले पॉइंट का वाधा कर दिता है उधर कहते भाऊ होना का पिंड भगता भगते दिया लाइटा बड़िया प्रसिद्ध है भूतों वाला खूह बड़ा प्रसिद्ध है मेरे वीर कहते हड़ंबे बड़े प्रसिद्ध है भगते दे बॉवे की पई हुई कबड्डी खेड कबड्डी के मैदान के पई हुई कबड्डी से गल कहो जी है भाजी बराबर की मुड़ गई है हुण कहिंदे वंज बराबर दा गड्डा जा चुके है पॉइंट जाफी दा पॉइंट जाफी दा चल ही ना गन हरी के कला दी टीम खेड मैदान दे लागे पहुंचे टटियां दी जो टीम है मेरे वीरो अंबरसर एरिया दी टीम पहुंच चुकी है हरी के कला दी टीम खेड मैदान दे विच जल्द जल्द अपने आप नूं तैयार करके जल्द जल्द पहुंचण हरी के कला दी जो टीम अपने आप नूं तैयार करके खेड मैदान दे विच जल्द जल्द पहुंचण उधर कहिंदे वी ਸਾਡੇ ਬਹੁਤ ਹੀ ਸਤਿਕਾਰਯੋਗ ਜਲਾਲ ਪਿੰਡ ਤੋਂ ਉੱਚੇ-ਉੱਚੇ ਤੌਰ ਤੇ ਬਾਈ ਪਿੰਟੂ ਜੀ ਪਹੁੰਚੇ ਨੇ ਧੰਨਵਾਦ ਕਰਦੇ ਆ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਲਾਲ ਵਾਲੇ ਰੁਪਿੰਦਰ ਦੇ ਚਾਚਾ ਜੀ ਹੈ ਉੱਚੇ-ਉੱਚੇ ਤੌਰ ਤੇ ਪਹੁੰਚੇ ਨੇ ਧੰਨਵਾਦ ਕਰਦੇ ਆ ਜਲਾਲ ਵਾਲੇ ਨਾਲ ਬਾਈ ਜਗਤਾਰ ਜੀ ਹੋਰ ਸਤਿਕਾਰਯੋਗ ਵੀਰ ਪਹੁੰਚੇ ਆ ਧੰਨਵਾਦ ਕਰਦੇ ਆ ਲਓ ਭਗਤੇ ਵਾਲੇ ਚੋਬਰ ਦੀ ਪਈ ਹੋਈ ਰੇਡ ਜਿੱਥੋਂ ਦੀਆਂ ਲਾਈਟਾਂ ਮਸ਼ਹੂਰ ਨੇ ਮੇਰੇ ਵੀਰੋ ਭਾਈ ਪਹਿਲੋ ਸਭ ਤੋਂ ਪਹਿਲੋ ਲਾਈਟਾਂ ਮਸ਼ਹੂਰ ਹੈ ਉਸੇ ਨਗਰ ਦਾ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਰੇਡ ਭਗਤੇ ਵਾਲਾ ਚੁੱਬਰ ਉੱਚੇ ਲੰਮੇ ਕੱਦ ਵਾਲਾ ਪਰ ਦੂਸਰੇ ਪਾਸੇ ਭੈਣੀ ਵਾਲਾ ਚੁੱਬਰ ਕਿਆ ਗੰਜਾ ਦਿਆ ਕੌਣ ਭਾਬੀ ਦੀਵਾ ਜਗਾ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾਉਣ ਵਾਲੀ ਗੱਲ ਬਣ ਗਈ ਹੈ ਲੋ ਪੈਂਦਾ ਹੋਇਆ ਕਸਮਾਨ ਖੇਡ ਮੈਦਾਨ ਦੇ ਵਿੱਚ ਖਿਡਾਰੀਆਂ ਦਾ ਸੋਨੀ ਨੇ ਟਾਈ ਕੀਤੀ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਉਧਰ ਕਹਿੰਦੇ ਬਹੁਵਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰ ਮਾਣੂਕੇ ਵਾਲਾ ਬਲਜਿੰਦਰ ਕੈਨੇਡਾ ਵਾਲਾ ਨਾਲ ਨਿੱਕਾ ਵੀਰ ਸਾਡਾ ਨਾਲ ਤਾਰ ਗੁਰਲਾਲ ਤੇ ਬੱਬੂ ਵੜੀ ਸਾਡੇ ਵੀਰ ਮਾਣੂਕੇ ਵਾਲੇ ਉਹ ਵੀ ਵੀਰ ਪੁੱਜੇ ਆਪਾਂ ਧੰਨਵਾਦ ਕਰਦੇ ਹਾਂ ਕਾਬਲ ਯੂਐਸਏ ਦੇ ਵਿੱਚ ਬੈਠਾ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਮਾਣੂਕੇ ਗਿੱਲਾਂ ਵਾਲਾ ਯੂਐਸਏ ਦੀ ਨਾਰਥ ਕਰਵੀਨਾ ਸਟੇਟ ਦਾ ਮਾਲ ਮੇਰੇ ਵੀਰ ਵਸਨੀਕ ਉਹ ਵੀ ਕਬੱਡੀ 365.com ਜਿਹੜੇ ਜੁੜਿਆ ਹੋਇਆ ਉਧਰ ਸਰਦਾਰ ਦਰਸ਼ਨ ਸਿੰਘ ਦੀ ਗਿੱਲ ਹੋਣੀ ਵਾਲੇ ਵਾਲੇ ਬਾਈ ਤਰਸੇਮ ਗਿੱਲ ਹੋਣੀ ਉਹ ਵੀ ਪੁੱਜੇ ਹੋਏ ਹੈ ਆਪਾਂ ਧੰਨਵਾਦ ਕਰਦੇ ਹਾਂ ਆਪਾਂ ਸਤਿਕਾਰ ਕਰਦੇ ਇਹਨਾਂ ਭਰਾਵਾਂ ਦੇ ਇੱਧਰ ਵੇਖੋ ਸਾਹਮਣੇ ਨੌਜਵਾਨ ਗੱਭਰੂ ਇਸ ਵੇਲੇ ਪੀਤਾ ਕਬੱਡੀ ਕਬੱਡੀ ਕਰਦਾ ਹੋਇਆ ਉਧਰ ਕਹਿੰਦੇ ਭੈਣੀ ਫਲੌਰ ਵਾਲੇ ਜ਼ਿਲ੍ਹੇ ਜਲੰਧਰ ਵਾਲੇ ਨੂਰ ਮਹਿਲ ਦੇ ਏਰੀਏ ਦੇ ਚਾਰ ਜਾਫੀ ਇਸ ਵੇਲੇ ਤਿਆਰ ਨੇ ਚਾਰ ਜਾਫੀ ਇਸ ਵੇਲੇ ਤਿਆਰ ਨੇ ਕੰਨੀ ਵਾਲੇ ਨੇ ਕੀਤੀ ਟਰਾਈ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਧੰਨ ਧੰਨ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦੀ ਯਾਦ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਗੱਲ ਖੇਡ ਕਬੱਡੀ ਦੀ ਗੱਲ ਖੇਡ ਕਬੱਡੀ ਦੀ ਉਧਰ ਕਹਿੰਦੇ ਚਾਰ ਜਾਫੀ ਤਿਆਰ ਨੇ ਭਗਤੇ ਵਾਲੇ ਚਾਰ ਜਾਫੀ ਇਸ ਵੇਲੇ ਤਿਆਰ ਨੇ ਲੈ ਕਰੀ ਵੀ ਗੱਲ ਨੌਜਵਾਨ ਪਈ ਹੋਈ ਕਬੱਡੀ ਦੀ ਮੈਦਾਨ ਦੇ ਵਿੱਚ ਪਈ ਹੋਈ ਰੇਡ ਭਗਤੇ ਵਾਲਾ ਚੋਬਰ ਇਸ ਮੂਹਰੋਂ ਖੇਡਣ ਦੀ ਗੱਲ ਕਰਦਾ ਹੋਇਆ ਪਰ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੋਇਆ ਹਰੀ ਕੇ ਕਲਾਂ ਦੀ ਟੀਮ ਖੇਡ ਮੈਦਾਨ ਦੇ ਵਿੱਚ ਪਹੁੰਚੇ ਹਰੀ ਕੇ ਕਲਾਂ ਦੀ ਟੀਮ ਵਿਰੋਧੀ ਟੀਮ ਟੱਟੀਆਂ ਪਿੰਡ ਦੀ ਜੋ ਟੀਮ ਹੈ ਤਰਨ ਤਾਰਨ ਦੇ ਲਾਗੇ ਨਗਰ ਪੈਣਾ ਦਾ ਉਹ ਟੀਮ ਪਹੁੰਚ ਚੁੱਕੀ ਹੈ ਹਰੀ ਕਲਾਂ ਦੀ ਟੀਮ ਖੇਡ ਮੈਦਾਨ ਦੇ ਲਾਗੇ ਜਲਦ ਜਲਦ ਪਹੁੰਚੇ ਡਰੋਲੀ ਭਾਈ ਵਰਸੇ ਰੋਡੂ ਕਲੱਬ ਕੌਂਕੇ ਮਾਣੂਕੇ ਵੀ ਵਰਸੇ ਤਰਨ ਤਾਰਨ ਇਹ ਟੀਮਾਂ ਨੂੰ ਬੇਨਤੀ ਹੈ ਇਹ ਵੀ ਟੀਮਾਂ ਖੇਡ ਮੈਦਾਨ ਦੇ ਲਾਗੇ ਜਲਦ ਜਲਦ ਪਹੁੰਚਣ ਲਓ ਬਣਾਇਆ ਹੋਇਆ ਸੁਹਾਗਾ ਇੱਕ ਪਾਸੇ ਪੁਆਇੰਟ ਕਾਮਣ ਕਰਨ ਦੀ ਕੋਸ਼ਿਸ਼ ਪਰ ਪੁਆਇੰਟ ਸ਼ਾਫੀਆਂ ਦੇ ਖਾਤੇ ਵਾਜ ਵਾਲੀ ਅੱਖ ਦੇ ਨਾਲ ਗੁਰਜੀਤ ਲੰਗਿਆਣੀ ਨੇ ਸਿੱਖੀ ਸਰੂਪ ਦੇ ਵਿੱਚ ਪੂਰੇ ਕਾਇਮ ਹੈ ਫੈਸਲਾ ਕਰਦੇ ਕਿ ਪੁਆਇੰਟ ਜਾਫੀਆਂ ਦੇ ਖਾਤੇ ਹੈ ਭੈਣੀ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਅਗਲੀ ਰੇਡ ਭੈਣੀ ਵਾਲਾ ਚੋਬਰ ਕਬੱਡੀ ਪਾਉਣ ਲਈ ਵਾਧਾ ਹੋਇਆ ਉਧਰ ਕਹਿੰਦੇ ਵੀ ਪੂਰਾ ਮੁਕਾਬਲਾ ਹੋ ਗਿਆ ਇੱਕ ਗੱਜਣ ਵਾਲੇ ਦਾ ਰੇਸਰ ਰੇਸ ਲਾ ਰਿਹਾ ਦੂਸਰੇ ਪਾਸੇ ਕੋਠੇ ਗੁਰੂ ਕਹਿੰਦਾ ਬਜ਼ੁਰਗ ਰੇਸ ਲਾ ਰਿਹਾ ਪਤਾ ਲੱਗੇਗਾ 40-40 ਗੇੜੇ ਲਾਉਣੇ ਆ ਪਰ ਇਧਰੋਂ ਭਗਤੇ ਵਾਲਾ ਚੋਬਰ ਐਨ ਛੂਟ ਜਾਕਰੇ ਪੱਪੂ ਵਾਂਗੂ ਮੇਰੇ ਵੀਰੋ ਘੇਰਦਾ ਹੋਇਆ ਲੱਗਦਾ ਹੋਇਆ ਜ਼ੋਰ ਤੇ ਜਵਾਨੀ ਦੀ ਗੱਲ ਦਰਸ਼ਕ ਵੀਰੋ ਜ਼ੋਰ ਤੇ ਜਵਾਨੀ ਬੇਸ਼ਰਮ ਹੁੰਦਾ ਹੈ ਆਪਣੀ ਕਹਾਣੀ ਰਚਦਾ ਹੈ ਇਹ ਕਹਾਣੀ ਰਚੀ ਹੈ ਜ਼ੋਰ ਨੇ ਪੁਆਇੰਟ ਯਾਫੀਆਂ ਦੇ ਖਾਤੇ ਇਸ ਮੁਕਾਬਲੇ ਵਿੱਚੋਂ ਭਗਤੇ ਭਾਈਕੇ ਦੀ ਜੋ ਟੀਮ ਹੈ ਉਹ ਜਿੱਤੂ ਰਹੀ ਹੈ ਗੁਰਜੀਤ ਵੀਰ ਨੋਟ ਕਰ ਲਈ ਭਗਤੇ ਭਾਈਕੇ ਦੀ ਟੀਮ ਜਿੱਤੂ ਰਹੀ ਹੈ ਹਰੀ ਕੇ ਕਲਾ ਵਰਸਿਜ ਟੱਟੀਆਂ ਪਿੰਡ ਦੀ ਉਹ ਟੀਮ ਦਾ ਮੈਚ ਹਰਦੀਪ ਵੀਰ ਹੋਵੇਗਾ ਦੋਨੇ ਟੀਮਾਂ ਨੂੰ ਗਰਾਊਂਡ ਦੇ ਵਿੱਚ ਸਾਦਰੋ ਹਰੀ ਕੇ ਕਲਾਂ ਤੇ ਟੱਟੀਆਂ ਦੀਆਂ ਟੀਮਾਂ ਦੇ ਦਰਮਿਆਨ
अगला मैच जो खेडा जाएगा उधर डॉक्टर हरी सिंह जी मैरों रूप बाबा पायल स्टूडियो मैरों वाले छिंदा मैरों जी गुरदीप सिंह जी औलख देव औलख जी सुखा मैरों जी ये सज्जन भी पहुंचे हुए है आप सत्कार करते हैं धन्यवाद करते हैं वीर जी आखते हैं जिन्हें भी कदम ये चल के आए ने साडे सिर मत्थे उधर माणुके वाला बलजिंदर कनेडा वाला नाल निके वीर होनी तार होनी भी पुजे आप धन्यवाद करते हैं गुरलाल वीर होनी बब्बू होनी साडे वीर वड्डे सत्कार इन्हां भरावां दे न्यू यूथ कबड्डी क्लब माणुके वाले वीर पुजे हुए साडे वीर बलजिंदर होनी वड्डे योगदान इस कबड्डी कप लई भी मेरे वीर माणुके नगर दे विच भी तकड़ा कबड्डी का कप करवाउंदे है गुरलाल साडा वीर यूएसए दे विच बैठा इन्हां मैचां दा आनंद माण रहा है लंगियाने वाला तार भी बैठा हांगकांग दे विच साडे वीर सिमरे होनी काले होनी बैठे कनेडा दे विच वखो वखरियां कंट्रियां दे विच अज बैठे पंजाबी मेरे वीर कबड्डी 365.com दे जिहड़े जुड़े हुए है साडी समुची शहीद बाबा खुशहाल सिंह स्पोर्ट्स क्लब वल्लों सारे एन आर आई वीरां दे धन्नवाद है दोनों गुरद्वारा साहबाना दीआं प्रबंधक कमेटियां दे दोनों नगरां दीआं पंचायतां दे आपां धन्नवाद करदे हां सत्कार करदे हां प्रबंधक कमेटी वल्लों जिन्हां ने अज दे इस कबड्डी कप नूं करवाउण लई योगदान दित्ते है जिन्हां ने अज दे इस कबड्डी कप नूं करवाउण लई योगदान दित्ते है मैच इस वेले हरी के कला वर्सिज अमृतसर जिले के तरन तारण के लागे नगर टटिया पिंड की टीम पहुंची है साढ़े काफी दूरों टीम आई है धन्यवाद करते हैं एक बार फिर धन्यवाद साढ़े पिंटू जी जलाल तो श्रोमणी अकाली दल के मेरे वीरों मुढ़ले लीडर ने नाल साडे फुफड़ जी जगतार सिंह जी चेयरमैन साहब जिन्हों के दोने सपुत्रां वलियों आने वाले कबड्डी कप के उपर 51,000 रुपए का वड्डा योगदान दिता जाएगा साढ़े वीर संदीप काला ते नाल सिमरजीत सिंह जी सिमरा कनेडा दे विच बैठे है उधर हरी के कला ते ढोटिया दी टीमां दे दरम्यान जिहड़ा मैच शुरू होण जा रहा है ढोटिया दी टीम दयालपुरे वाला तेरे वाले पासे है ते हरी के कला दी टीम इधर चढ़दे वाले पासे गुरबख्श सिंह जी संधु वह जल्दी ना अपने घरे चले जाण जिथे आवाज सुटदे ने गुरबख्श सिंह जी संधु इधर इली गजन वाले वाला ग्राउंड के चक्कर ला के विखा रहे हैं मां बाप का साया वीर के सिर के उत्ते है नहीं ताड़िया मार दो गजन वाले वाले इली लई ये भी ग्राउंड के चक्कर ला के विखा रहे हैं इधर लियाकत अली दालवरण सिंह जी धरती का बेला सिद्धमा मारे गुलजार दे कहंदे नाल गूढ़िया रिश्तेदारियां मामे भूआ दे पोता दोनों वीर फैसला करता हुआ पॉइंट जाफी का उधर कहंदे देव दयालपुरे वाले ने भी करोड़ों की कबड्डी की अंपायरिंग की है देव दयालपुरे वाले ने भी कहंदे करोड़ों की कबड्डी की अंपायरिंग की है पई हुई कबड्डी हरी के कलां वाले नौजवान गभरू की खेड के मैदान के चार जाफी हल्का टच से पॉइंट रेडर का चल भी ढोटिया वाले नौजवानों बाद अगे पा कबड्डी जंटा कबड्डी पाउण दे लई वाधा होया गुरजंट सिंह जंटा ढोटिया पिंड वाला समुद्र जिहा कद है नौजवान का अगे वध के बोलदा होया धावा तीन चार जाफिया के उपर बोलिया होया धावा पर आ नौजवान ने लगता होया जफा हरी के कला वाला चोबर श्री मुक्तसर साहब की धरती 40 मुक्तियां की धरती जिथों के विक्की की गल हुंदी है मेरे वीरों बैरुकिया के कबड्डी कप के उपर नुकरा घोड़ा जितने वाला जाफी उस नगर का जितों का जगदीप राड़ हरी के कला वाला मेरे वीर उस नगर की टीम चल पावर रेड उधर साढ़े टीमों बेनती है ड्रोली भाई वर्ष रोडू क्लब चौंके कौके आके भी वर्ष तरन तार ये टीम खेड मैदान जल्द जल्द पहुंच ड्रोली भाई वर्ष रोडू क्लब कौके दीम ड्रोली भाई बाबा रोडू कबड्डी क्लब कौके दोनों टीम जल्दी तैयारी करके ग्राउंड च आ जाए ड्रोली भाई ते बाबा रोडू कबड्डी क्लब कौके उस तो बाद मेरी बेनती है माणू के बी ते तरन तारन लंडिया की टीम बाई है इधर बदनी वाला साडा वीर पुज गया इन्हें भी अपनी कला का प्रदर्शन करके दिखाना है अपने शरीर का बैलेंस एक बोतल के उत्ते फिट करके दिखाऊगा बदनी वाला साडा वीर गुरमेलो भी पुज गया आप धन्यवाद करते हैं सारे कबड्डी खिलाड़ियों के सारे कबड्डी के बुलारियों के सारे दर्शक वीर सारे एन आर आई भरावान के जिन्होंने अज देश कबड्डी कप को सफल बनाने के लिए योगदान दिते है बड़े धन्यवाद है इधर वेखो ढोटिया वाला गभरू कबड्डी पाने के लिए वाधा होया खेड कबड्डी के मैदान के गल जोधिया रैफरिया की करनी बने जरूर गल जोधिया रैफरिया की करनी बने जरूर बिल्ला गालब देव दयालपुरा खड़ारी रहे मशहूर अपने समय शरीर बड़े सी कैंट प्लेयर के
ਹੁਣ ਮੁੱਠੀਆਂ ਦੇ ਵਿੱਚ ਕੁੱਟੀ ਫਿਰਨ ਪੁਆਇੰਟ ਪਲੇਅਰਾਂ ਦੇ, ਹੁਣ ਫਿਸਲਾ ਮਾਰ ਕੇ ਦੱਸੀ ਜਾਣ ਪੁਆਇੰਟ ਪਲੇਅਰਾਂ ਦੇ। ਗਾਲਬ ਵਾਲੇ ਨੇ ਵੀ ਕਹਿੰਦੇ ਸਿਰੇ ਦੀ ਕਬੱਡੀ ਖੇਡੀ ਹੈ, ਉੱਧਰ ਦਿਆਲਪੁਰੇ ਵਾਲੇ ਦਾ ਵੀ ਕਹਿੰਦੇ ਵੱਡਾ ਨਾਮ ਹੈ ਕਬੱਡੀ ਦੀ ਦੁਨੀਆਂ ਦੇ ਵਿੱਚ, ਦੋਨੋਂ ਵੀਰਾਂ ਦੀ ਜੋੜੀ ਬੜੀ ਪ੍ਰਸਿੱਧ ਹੈ ਦਵੜੀ ਖਾਨੇ ਵਾਲਿਆ। ਉੱਧਰ ਵੇਖੋ ਸਾਹਮਣੇ ਪਈ ਹੋਈ ਕਬੱਡੀ ਤੇ ਹੁਣ ਗੱਲ ਕਿਹੋ ਜਿਹੀ ਹੈ, ਦੇਵ ਦਿਆਲਪੁਰੇ ਵਾਲੇ ਨੇ ਬਿਸਲ ਮਾਰਨੀ ਹੈ ਸੁਰਿੰਦਰ ਕੌਰ ਦੀ ਲੰਮੀ ਹੇਕ ਵਾਂਗੂ। ਪੁਆਇੰਟ ਕਹਿੰਦੇ ਰੇਡਰ ਦਾ, ਪੁਆਇੰਟ ਕਹਿੰਦੇ ਰੇਡਰ ਦਾ। ਢੋਟੀਆਂ ਵਾਲੇ ਦੀ ਪਈ ਹੋਈ ਕਬੱਡੀ ਤੇ ਸਾਡਾ ਸਾਥੀ ਬੁਲਾਰਾ ਗੱਲ ਕਰਦਾ ਹੈ ਖੇਡ ਮੈਦਾਨ ਦੇ ਵਿੱਚ। ਲਓ ਖੇਡ ਮੈਦਾਨ ਦੇ ਵਿੱਚ ਸਿੱਖੀ ਸਰੂਪ ਵਾਲਾ ਟੋਟੀਆਂ ਪਿੰਡ ਕਹਿੰਦੇ ਵੀ ਅੰਮ੍ਰਿਤਸਰ ਦੇ ਲਾਗੇ ਨਗਰ ਕਾਫੀ ਦੂਰੋਂ ਟੀਮ ਪਹੁੰਚੀ ਹੈ। ਅੱਜ ਕਹਿੰਦੇ ਮਾਝੇ ਦੀ ਟੀਮ ਖੇਡ ਮੈਦਾਨ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਪਹੁੰਚੀ ਹੈ। ਦੂਸਰੇ ਪਾਸੇ ਖਾਲਸਾ, ਇੱਕ ਪਾਸੇ ਨੌਜਵਾਨ ਜਾਫੀ ਹਰੀ ਕੇ ਗਲਾਂ ਵਾਲਾ ਕਰਾਉਂਦਾ ਹੋਇਆ ਬੱਲੇ ਬੱਲੇ, ਪੁਆਇੰਟ ਜਾਫੀਆਂ ਦੇ ਖਾਤੇ। ਮੈਚ ਹੋ ਗਿਆ ਜੀ ਸਮਾਪਤ। ਚੱਲਦੇ ਹੋਏ ਮੁਕਾਬਲੇ ਦੌਰਾਨ ਹਰੀ ਕੇ ਗਲਾਂ ਦੀ ਜੋ ਟੀਮ ਹੈ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲੀ ਟੀਮ ਹੈ ਦਿਲਬਾਗ ਸਾਡਾ ਵੀਰ ਗੱਜਣਵਾਲ ਤੇ ਦਵਿੰਦਰ ਚੜਕ, ਇਹ ਵੀਰ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਵਿੱਚ ਆਉਣ। ਦਵਿੰਦਰ ਚੜਕ ਜੀ ਮੇਰੇ ਨਾਲ ਇਸ ਮਾਈਕ ਦੇ ਉੱਪਰ ਸਾਥ ਦੇਣਗੇ, ਉਸ ਤੋਂ ਬਾਅਦ ਸੁੱਖਾ ਕੰਡਿਆਲ ਜੀ ਦੇ ਦਿਲਬਾਗ ਗੱਜਣ ਵਾਲਾ ਜੀ। ਆਪਾਂ ਧੰਨਵਾਦ ਕਰਦੇ ਹਾਂ ਸਾਥੀ ਬੁਲਾਰਿਆਂ ਦੇ, ਮੇਰੇ ਨਾਲ ਇਸ ਮਾਈਕ ਦੇ ਉੱਪਰ ਦਵਿੰਦਰ ਚੜਕ ਜੀ ਸਾਥ ਦੇਣਗੇ। ਇੱਧਰ ਸਾਡੇ ਵੀਰ ਨੇ ਗਰਾਊਂਡ ਦੇ ਚੱਕਰ ਲਾ ਕੇ ਵਿਖਾਏ ਹੈ, ਤੁਸੀਂ ਇਸ ਵੀਰ ਨੂੰ ਵੀ ਬਣਦੇ ਮਾਣ ਸਤਿਕਾਰ ਦੇਣੇ ਹੈ। ਡਰੋਲੀ ਭਾਈ ਤੇ ਬਾਬਾ ਰੋਡੂ ਕਬੱਡੀ ਕਲੱਬ ਕੌਂਕੇ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਕੌਂਕਿਆਂ ਦਾ ਹਰਦੀਪ ਸਿੰਘ, ਜਗਸੀਰ ਸਿੰਘ, ਰਿੰਪਾ ਸੰਘਾ, ਡਰੋਲੀ ਭਾਈ ਵਾਲਾ, ਬੱਬਾ ਡਰੋਲੀ ਵਾਲਾ, ਨਾਲ ਕਹਿੰਦੇ ਕਸਵਾਣੇ ਪਿੰਡ ਦਾ ਬਲਕਰਨ ਸਿੰਘ। ਮੇਰੇ ਵੀਰੋ ਆਪਾਂ ਧੰਨਵਾਦ ਕਰਦੇ ਕਬੱਡੀ ਦੇ ਖਿਡਾਰੀਆਂ ਦੇ, ਆਪਾਂ ਧੰਨਵਾਦ ਕਰਦੇ ਕਬੱਡੀ ਦੇ ਖਿਡਾਰੀਆਂ ਦੇ। ਲਿਸਟ ਮੇਰੇ ਕੋਲ ਜਾਰੀ ਕਰ ਦਿੱਤੀ ਜਾਵੇ ਬਾਈ, ਕੱਢਣ ਲੱਗੇ ਆ। ਜੇ ਕਿਸੇ ਨੂੰ ਡਾਊਟ ਆਇਆ ਤੇ ਆ ਕੇ ਸਟੇਜ ਤੇ ਟਾਈਆਂ ਵੇਚ ਸਕਦਾ ਦੂਜੇ ਰਾਊਂਡ ਦੀਆਂ। ਹੈਲੋ, ਇੱਧਰ ਡਰੋਲੀ ਭਾਈ ਤੇ ਕੌਂਕਿਆਂ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਖੇਡ ਕਬੱਡੀ ਦਾ। ਡਰੋਲੀ ਭਾਈ ਪਿੰਡ ਕਹਿੰਦੇ ਗੱਲ ਵਾਲਿਆ, ਤਿੰਨ ਗੁਰੂ ਸਾਹਿਬਾਨਾਂ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਹੈ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ, ਬਾਬੇ ਗੁਰਦਿੱਤੇ ਦੀ ਜੰਮਣ ਭੋਈ ਤੇ ਬਾਲ ਅਵਸਥਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਹੈ। ਮਾਲਵੇ ਦਾ ਜ਼ਿਲ੍ਹੇ ਮੋਗੇ ਦਾ ਬੜਾ ਮਸ਼ਹੂਰ ਪਿੰਡ ਆ ਡਰੋਲੀ ਭਾਈ, ਤੇ ਵਿਰੋਧੀ ਟੀਮ ਜ਼ਿਲ੍ਹੇ ਲੁਧਿਆਣੇ ਦਾ ਬੜਾ ਮਸ਼ਹੂਰ ਪਿੰਡ ਹੈ ਕੌਂਕੇ। ਦੋਨੋਂ ਪਿੰਡ ਕਬੱਡੀ ਦੇ ਬੜੇ ਮਸ਼ਹੂਰ ਹੈ, ਦੋਨੋਂ ਪਿੰਡ ਕਬੱਡੀ ਦੇ ਵਿੱਚ ਬੜੇ ਪ੍ਰਸਿੱਧ ਹੈ। ਡੋਲੀ ਵਾਲਾ ਨੀਨਾ ਨੰਬਰਦਾਰ ਕਹਿੰਦੇ ਜਿਹਦੀ ਚੋਣ ਰੈਸਲਿੰਗ ਦੇ ਵਿੱਚ WWE ਦੇ ਵਿੱਚ ਹੋ ਗਈ ਹੈ। ਆਪਾਂ ਥੋੜੇ ਸਮੇਂ ਦੇ ਵਿੱਚ ਉਸ ਵੀਰ ਨੂੰ 10 ਸਪੋਰਟਸ ਚੈਨਲ ਤੇ ਦੇਖਿਆ ਕਰਾਂਗੇ। ਇੱਕ ਬੰਨੇ ਉਸ ਪਿੰਡ ਦੀ ਟੀਮ ਹੈ, ਦੂਜੇ ਪਾਸੇ ਕੌਂਕਿਆਂ ਦੇ ਬਾਜ ਵਰਗੇ, ਤਲਵਾਰ ਵਰਗੇ, ਜੱਗੇ ਵਰਗੇ, ਸੋਨੀ ਵਰਗੇ, ਅਮਨੇ ਵਰਗੇ, ਮੋਟੇ ਵਰਗੇ। ਕਬੱਡੀ ਦੇ ਸਟਾਰਾਂ ਦਾ ਪਿੰਡ ਹੈ ਕੌਂਕੇ, ਕਬੱਡੀ ਦੀ ਨਰਸਰੀ ਵਜੋਂ ਜਾਣਾ ਜਾਣ ਵਾਲਾ ਨਗਰ ਹੈ ਕੌਂਕੇ। ਕੌਂਕਿਆਂ ਦੀ ਟੀਮ ਚੜ੍ਹਦੇ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਟੀਮ ਡਰੋਲੀ ਭਾਈ ਦੀ, ਲਹਿੰਦੇ ਵਾਲੇ ਪਾਸੇ ਟੀਮ ਡਰੋਲੀ ਭਾਈ ਦੀ। ਪਹਿਲੀ ਕਬੱਡੀ ਦੇਖਾਂਗੇ ਕਿਹੜੇ ਗੱਭਰੂ ਨੇ ਪਾਉਣੀ ਹੈ। ਪਹਿਲੀ ਕਬੱਡੀ ਪਾਉਣ ਦੇ ਲਈ ਕੌਂਕਿਆਂ ਵਾਲਾ ਹਰਦੀਪ ਸਿੰਘ ਇਸ ਵੇਲੇ ਤਿਆਰੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ। ਕੌਂਕਿਆਂ ਵਾਲਾ ਹਰਦੀਪ ਸਿੰਘ ਇਸ ਵੇਲੇ ਤਿਆਰੀ ਕਰਦਾ ਹੋਇਆ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਇਸ ਵੇਲੇ ਤਿਆਰ ਨੇ ਡਰੋਲੀ ਭਾਈ ਵਾਲੇ, ਚਾਰ ਜਾਫੀ ਇਸ ਵੇਲੇ ਤਿਆਰ ਨੇ। ਚੜ੍ਹਦੀ ਕੰਨੀ ਕਹਿੰਦੇ ਜ਼ਿਲ੍ਹੇ ਫਿਰੋਜ਼ਪੁਰ ਦਾ ਕਸਵਾਣਾ ਪਿੰਡ ਹੈ ਮੇਰੇ ਵੀਰੋ, ਕਸਵਾਣੇ ਪਿੰਡ ਦਾ ਬਲਕਰਨ ਸਿੰਘ, ਨਾਲ ਕਹਿੰਦੇ ਸੰਘਿਆਂ ਦਾ ਪੁੱਤ ਹੈ ਜਗਸੀਰ ਸਿੰਘ, ਰਿੰਪਾ ਡਰੋਲੀ ਵਾਲਾ। ਇੱਧਰ ਵੇਖੋ ਜੱਗੇ ਨਾਲ ਮੁਕਾਬਲਾ ਹੋ ਗਿਆ, ਡਰੋਲੀ ਵਾਲੇ ਦੇ ਨਾਲ ਜੱਗੇ ਨਾਲ ਮੁਕਾਬਲਾ ਹੋ ਗਿਆ। ਜੱਗਾ ਤੇ ਹਰਦੀਪ, ਪੁਆਇੰਟ ਕੌਂਕਿਆਂ ਵਾਲੇ ਹਰਦੀਪ ਦਾ, ਪੁਆਇੰਟ ਕੌਂਕਿਆਂ ਵਾਲੇ ਹਰਦੀਪ ਦਾ। ਚੱਲ ਵੀ ਡਰੋਲੀ ਵਾਲਿਆ, ਵੱਧ ਨੌਜਵਾਨ ਅੱਗੇ ਪਾ ਕਬੱਡੀ ਕੇ ਟੱਚ ਕਰਕੇ ਜਾਫੀ ਨੂੰ ਵੀ ਤਾਂ ਹਵਾ ਚੁੱਡਿਆ ਆਉਂਦਾ, ਡਰੋਲੀ ਡਰੋਲੀ ਹੋ ਜਾਂਦੀ।
मीना कबड्डी दिमाग ना पाउंदा डोली डोली हो जांदी मीना कबड्डी दिमाग ना पाउंदा इधर वेखो चार जाफी कौंकियां वाले चार जाफी कौंकियां वाले पॉइंट जाफी दा पॉइंट जाफी दा चल भी नौजवाना वध अगे पा कबड्डी खेड दे मैदान दे विच लो खेड दे विच पैंदी हुई कबड्डी और इस तो जड़े अगले मैचा दियां लिस्टा ने कृपा करके साढ़े कोल पुजदियां कर दित्तियां जाण अगले राउंड दियां जड़ियां मैचा दियां टाइयां कड्डियां ने कृपा करके जल्दी दे नाल जड़ियां साढ़े कोल पुजदियां कर दित्तियां जाण इस तो अगला मैच है जिहड़ा माणू के बी ते तरन तारण दे विचकार होवेगा और साढ़े बख्शीश सिंह जी सरपंच पति जंगीर उन्हां दे वल्लों 31,000 जिहड़ी माइक सहायता अगले साल इस खेड मेले लई दित्ती जावेगी धन्नवाद करदे आं और ਸਾਡਾ ਵੀ ਤਾਰ ਸਕੜਕਾ ਔਰ ਬਲਦੇਵ ਔਰ ਸਰਬਜੀਤ ਚੀਮਾ ਉਹਨਾਂ ਦੇ ਵੱਲੋਂ ਵੀ 31,000 ਰੁਪਏ ਦੀ ਜਿਹੜੀ ਮਾਈਕ ਸਹਾਇਤਾ ਦਿੱਤੀ ਜਾਵੇਗੀ ਹਾਂਜੀ ਮਾਈਕ ਓਵਰ ਟੂ ਸਟੇਜ ਹੈਲੋ ਭਈਆ ਕਲੱਬ ਦੀਆਂ ਦੂਜੇ ਰਾਊਂਡ ਦੀਆਂ ਟੀਮਾਂ ਮੈਚ ਸੁਣ ਲੈਣ ਮੈਚ ਕਿਹਦਾ ਤਾਂ ਲੇਟ ਨਹੀਂ ਹੋਣਾ ਪਹਿਲਾ ਮੈਚ ਹੈਗਾ ਪੱਤੋ ਹੀਰਾ ਸਿੰਘ ਦੇ ਘੋਲੀਆ ਖੁਰਦ ਦੂਜਾ ਮੈਚ ਹੈ ਸ਼ਹੀਦ ਬਾਬਾ ਖੁਸ਼ਹਾਲ ਕਲੱਬ ਚੜੈਕ ਦੇ ਰੱਜੀ ਵਾਲਾ ਤੀਜਾ ਮੈਚ ਹੈ ਚੜੈਕੇ ਦੇ ਘੋਲੀਆ ਕਲਾਂ ਚੌਥਾ ਮੈਚ ਹੈ ਮਲਸੀਆਂ ਤੇ ਮੱਲੀਆਂ ਖੁਰਦ ਪੰਜਵਾਂ ਮੈਚ ਵਾੜਾ ਚੈਨ ਸਿੰਘ ਵਾਲਾ ਤੇ ਸਰਾਵਾਂ ਛੇਵਾਂ ਮੈਚ ਭਾਗਪੁਰ ਗਗੜਾ ਦੇ ਗਿੱਦੜ ਸੱਤਵਾਂ ਮੈਚ ਕਾਲਸਰ ਮੋਗਾ ਦੇ ਭਗਤਾ ਭਾਈ ਅੱਠਵਾਂ ਮੈਚ ਡਗਰੂ ਦੇ ਲੋਪੋ ਇਹ ਜਿਹੜੀ ਇੰਨੇ ਕੁ ਮੈਚਾਂ ਦੀ ਲਿਸਟ ਜਲਦੀ ਨਾਲ ਗਰਾਊਂਡ ਪਹੁੰਚ ਦੀ ਕਰ ਦਿੱਤੀ ਜਾਵੇ ਉਧਰ ਕੌਂਕਿਆਂ ਵਾਲਾ ਹਰਦੀਪ ਤੇ ਕਸਵਾਣੇ ਦਾ ਬਲਕਰਨ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਪੁਆਇੰਟ ਰੇਡਰ ਦਾ ਕਬੱਡੀ ਡਰੋਲੀ ਵਾਲੇ ਗੱਭਰੂ ਦੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਇਸ ਵੇਲੇ ਤਿਆਰ ਨੇ ਡਰੋਲੀ ਭਾਈ ਪਿੰਡ ਕਹਿੰਦੇ ਸਾਡੇ ਵੀਰ ਗੋਰੇ ਹੁਣਾਂ ਦਾ ਪਿੰਡ ਹੈ ਹਾਂਗਕਾਂਗ ਵਾਲਿਆਂ ਦਾ ਨੀਟੇ ਸੰਘੇ ਹੁਣਾਂ ਦਾ ਪਿੰਡ ਹੈ ਡਰੋਲੀ ਭਾਈ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਹੈ ਕਬੱਡੀ ਦੇ ਪ੍ਰਮੋਟਰਾਂ ਦਾ ਪਿੰਡ ਹੈ ਕਬੱਡੀ ਦੇ ਦਾਨੀਆਂ ਦਾ ਪਿੰਡ ਹੈ ਲੈ ਪਈ ਹੋਈ ਕਬੱਡੀ ਡਰੋਲੀ ਵਾਲੇ ਦੀ ਦੂਜੇ ਪਾਸੇ ਗੱਭਰੂ ਕੌਂਕਿਆਂ ਵਾਲਾ ਗੱਭਰੂ ਕੌਂਕਿਆਂ ਵਾਲਾ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪੁਆਇੰਟ ਰੇਡਰ ਦਾ ਉਧਰ ਸਾਡਾ ਯਾਰ ਲੱਖਾ ਸਾਫੂ ਵਾਲੇ ਵਾਲਾ ਵੀ ਪੁੱਜਿਆ ਹੋਇਆ ਮੇਰੇ ਵੀਰ ਲੱਖਾ ਸਾਫੂ ਵਾਲੇ ਵਾਲਾ ਵੀ ਪੁੱਜਿਆ ਹੋਇਆ ਆਪਾਂ ਧੰਨਵਾਦ ਕਰਦੇ ਹਾਂ ਜੀ ਆਖਦੇ ਹੋ ਸਵੀਰ ਨੂੰ ਇੱਧਰ ਕਹਿੰਦੇ ਚਾਰ ਜਾਫੀ ਇਸ ਵੇਲੇ ਤਿਆਰ ਹੈ ਬੱਬਾ ਡਰੋਲੀ ਵਾਲਾ ਆ ਕਹਿੰਦੇ ਕਸਵਾਣੇ ਵਾਲਾ ਬਰਕਰਨ ਸਿੰਘ ਹੈ ਪਹਿਲਵਾਨ ਸੁਦਾਗਰ ਸਿੰਘ ਦੀ ਧਰਤੀ ਹੈ ਕਸਵਾੜਾ ਪਿੰਡ ਲਓ ਸਾਹਮਣੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਤੇ ਟਰਾਈ ਕਰ ਰਿਹਾ ਨੌਜਵਾਨ ਗੱਭਰੂ ਉਧਰ ਮੱਖਣ ਸਿੰਘ ਦੀ ਸਮਰਾ ਜੋ ਇਸੇ ਲੋਹਗੜ ਵਾਲੇ ਉਹਨਾਂ ਦਾ ਵੀ ਕਹਿੰਦੇ ਵਿਸ਼ੇਸ਼ ਯੋਗਦਾਨ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਦਾਤੇ ਦੇ ਕਬੱਡੀ ਟੂਰਨਾਮੈਂਟ ਦੇ ਉੱਪਰ ਕਹਿੰਦੇ 1,00,000 ਰੁਪਏ ਦੇ ਯੋਗਦਾਨ ਹੈ ਲੈ ਵੀ ਦਵਿੰਦਰ ਸਿੰਘ ਆਹ ਮੁੰਡੇ ਦਾ ਪਿੰਡ ਕਹਿੰਦੇ ਸਲੀਣਾ ਹੈ ਨਾਮ ਗੁਰਜੀਤ ਹੈ ਬਾਬੇ ਲਾਲ ਸਿੰਘ ਦੀ ਧਰਤੀ ਹੈ ਆਉਂਦੇ ਸਾਲ ਨੂੰ ਡਰੋਲੀ ਦੇ ਕਬੱਡੀ ਕੱਪ ਤੇ ਜਿੰਦੇ ਕੈਨੇਡਾ ਵਾਲੇ ਨੇ ਮੋਟਰਸਾਈਕਲ ਦੇ ਕੇ ਮਾਣ ਦੇਣੇ ਆ ਆ ਗੱਭਰੂ ਨੂੰ ਗੁਰਜੀਤ ਸਲੀਣੇ ਵਾਲਾ ਕਬੱਡੀ ਪਾਉਂਦਾ ਹੋਇਆ ਲਓ ਕਹਿੰਦੇ ਵੀ ਗੁਰਜੀਤ ਸਲੀਣੇ ਵਾਲੇ ਦੀ ਪਾਈ ਹੋਈ ਕਬੱਡੀ ਦੱਸੀ ਵੀ ਨੌਜਵਾਨਾਂ ਔਰ ਬੀਰੀ ਬੰਬ ਕਹਿੰਦੇ ਵੀ ਫੈਸਲੇ ਕਰਦਾ ਕਿ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਤੇ ਇਸ ਤੋਂ ਜਿਹੜਾ ਅਗਲਾ ਮੁਕਾਬਲਾ ਮਾਣੂ ਕੇ ਬੀ ਤੇ ਤਰਨ ਤਾਰਨ ਉਸ ਤੋਂ ਅਗਲੇ ਜਿਹੜੇ ਮੁਕਾਬਲੇ ਬੁੱਕ ਸਟੇਜ ਤੋਂ ਅਨਾਊਂਸ ਕਰ ਦਿਓ ਜੀ ਔਰ ਕਿਰਪਾ ਕਰਕੇ ਜਿਹੜੀ ਮੈਚਾਂ ਦੀ ਲਿਸਟ ਹੈ ਉਹ ਸਾਡੇ ਕੋਲ ਪੁੱਜਦੀ ਕਰ ਦਿੱਤੀ ਜਾਵੇ ਔਰ ਬਿੱਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਔਰ ਗੁਰਲਾਲ ਮਾਣੂ ਕੇ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ ਬਹੁਤ ਬਹੁਤ ਜੀਆਂ ਨੂੰ ਆਖਦੇ ਆ ਇੱਧਰ ਗੁਰਲਾਲ ਮਾਣੂ ਕੇ ਵਾ ਸਾਡਾ ਵੀਰ ਵੱਡਾ ਨਾਮ ਹੈ ਖੇਡ ਪ੍ਰਮੋਟਰਾਂ ਦੀ ਦੁਨੀਆਂ ਦੇ ਵਿੱਚ ਮਾਣੂ ਕੇ ਪਿੰਡ ਕਹਿੰਦੇ ਦਰਵੇਸ਼ਾਂ ਦੀ ਧਰਤੀ ਹੈ ਦਰਵੇਸ਼ਾਂ ਦੀ ਧਰਤੀ ਹੈ ਮਾਣੂ ਕੇ ਗਿੱਲ ਪਿੰਡ ਬਲਜਿੰਦਰ ਕੈਨੇਡਾ ਵਾਲਾ ਨਾਲ ਨਿੱਕਾ ਤੇ ਤਾਰ ਵੀਰ ਗੁਰਲਾਲ ਮਾਣੂ ਕੇ ਵਾਲਾ ਸਾਡਾ ਵੀਰ ਉਹ ਵੀ ਵਿਸ਼ੇ ਤੌਰ ਤੇ ਪੁੱਜ ਚੁੱਕਿਆ ਹੈ ਆਪਾਂ ਧੰਨਵਾਦ ਕਰਦੇ ਹਾਂ ਸਤਿਕਾਰ ਕਰਦੇ ਹਾਂ ਇੱਧਰ ਗੱਜਣ ਵਾਲੇ ਵਾਲੇ ਇਲੀ ਨੇ ਗਰਾਊਂਡ ਦੇ ਚੱਕਰ ਲਾ ਕੇ ਵਿਖਾਏ ਹੈ ਤੁਸੀਂ ਇਸ ਵੀਰ ਨੂੰ ਵੀ ਬਣਦੇ ਮਾਣ ਸਨਮਾਨ ਦੇਣੇ ਹੈ ਉਧਰ ਡਰੋਲੀ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਜਾਫੀ ਕੌਂਕਿਆਂ ਵਾਲਾ ਕਰਦਾ ਟਰਾਈ ਦੇਖੋ ਲੱਗਦਾ ਜ਼ੋਰ ਵੱਜ ਗਈ ਕੈਂਚੀ ਵੱਜਦਾ ਪੰਪ ਕਿ ਸੋਨੂ ਦਾ ਜੰਪ ਦੁੱਲੇ ਦਾ ਪੰਪ ਕਾਲੂ ਦੀ ਪਾਦ ਭੀਮ ਦਾ ਡਾਜ ਇਹ ਚਾਰੇ ਦਿਲ ਨੂੰ ਲੁੱਟਦੇ ਨੇ ਜਾਫੀ ਦੌਦਰ ਦਾ ਬਰਿੰਦਰ ਕਾਲਵਾਂ ਦਾ ਗੁਰਵਿੰਦਰ ਤਾਵੀ ਪੁੱਠੇ ਕਰਕਰ ਸੁੱਟਦੇ ਨੇ ਤਾਵੀ ਪੁੱਠੇ ਕਰਕਰ ਸੁੱਟਦੇ ਨੇ ਮੈਚ ਸਮਾਪਤ ਦੱਸੀ ਵੀ ਬਾਈ ਕਿਹੜੀ ਟੀਮ ਜੇਤੂ ਹੈ ਇਸ ਮੈਚ ਦੇ ਵਿੱਚ ਕੌਂਕਿਆਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਇੱਧਰ ਸਾਡੇ ਮੇਰੀ ਬੇਨਤੀ ਹੈ ਅਗਲੇ ਮੈਚਾਂ ਲਈ ਦੋਨੋਂ ਟੀਮਾਂ ਜਿਹੜੀਆਂ ਸੈਂਟਰ ਵਾਲੀ ਲਾਈਨ ਦੇ ਉੱਤੇ ਆ ਜਾਣ
सरदार सुखा सिंह जी कनेडा वाले वह भी बोलों तो खुश हो के वे आदर सत्कार भेज रहे हैं, आप धन्यवाद करते हैं। माइक से अगली गल दे सुखा कंडियाल जी साढ़े सीनियर कबड्डी के बुलारे ने अंतरराष्ट्रीय पद्धर का बुलारा सुखा कंडियाल वाला। इधर बदनी वाला साडा वीर इन्हें अपनी कला का प्रदर्शन करके दिखाना है, एक बार ताड़िया मार दो दर्शक वीर इस वीर के लिए। घर का गुजारा कहता इन्हां मेलों पर ही चलता है, अपने शरीर का बैलेंस एक बोतल के उत्ते फिट करके दिखाऊगा। ताड़िया मार दो यार एक बार बदनी वाले वीर लिए कि भज्जी फिरदी है रोटी दे मगर दुनिया कितों आई ते कीने आ बनाई रोटी, रोटी गोल आ कम भी गोल इसका जी आ जंत नूं चक्कर विच पाए रोटी, रोटी ओनी खाई माना जिनी हजम हो जाए जे बेशुकरे नूं रास ना आए रोटी। ताड़िया मारो दर्शक वीरो, कबड्डी का अजूबा माणू के वाला जीवन दर्शकों का चहेता खड़ा रही है। जोर ताड़ी मार दो यार, मार दो ताड़िया जोर दे नाल। जीवन माणू के वाला, माणू के वाला लाडी मनप्रीत सिंह लाडी मेरे वीरियो, भीम माणू के दा सुखा वकीलों वाले का कबड्डी के स्टारा ना लैस होके पुज गई माणू के दी टीम। माइक ते सुखा कंडियाल जी अगली गल करनगे। लाओ जी उधर टीम भी साडे दरमियान, क्योंकि जब दूसरा राउंड चलन लग जाता है तो उदो टॉप दीआं टीमां जिहड़ियां दूजे राउंड दे विच पहुंचदीआं ने, और नाल ही साडे कोल टोटल जिहड़ी लिस्ट पहुंच चुकी है। पत्तो हीरा सिंह खेडेगी घोलिया खुरद दे नाल, शहीद बाबा खुशहाल सिंह जी क्लब चिड़क खेडेगी रज्जी वाले दे नाल। ये टीमां जल्दी तो जल्दी वेटिंग रूम दे विच पहुंचण दी कृपालता करन। हेलो आ मैच दे पॉइंट 8:30 ते 9। हेलो लाओ जी इधर बोतल वाला वीर अपनी करतब करता हुआ, सो नाल ही बेनती है भी मैच जिहड़े जल्दी स्टार्ट हो जाने चाहिए ने। चल मित्रा तू अपना करतब दिखा, दर्शक वीरां नूं बेनती है इस गभरू के करतब से भी तुसी हल्की हल्की ताड़ी के नाल जिहड़ा हौसला वधाई कर देनी है, मार दो ताड़ी मेरे वीरियो। कहिंदे ने इस मैच दे विच बूटा माणू के जिन्ने जफे लाऊगा दर्शन झब्बर वालों हर एक जफे का 100 रुपया। आ भाई बोल दी लो सामने नौजवान की ताड़ी मार दे करी जोरदार, जो नौजवान बोतल के उपर करतब करता है। वीर जी लो सामने कहते भी पहली कबड्डी पाने लई नौजवान माणू के गिल पिंड है इस नौजवान का, और कहते भी भीम के नाम के नाल पूरी दुनिया के मशहूर है नौजवान भीम, पहला जिहड़ा अंक अपनी टीम के हिस्से जोड़ता होया है। लो अगली कबड्डी पाने लई फिर कहते भी तरन तारन दे लागे कहते पिंड है इस नौजवान का, और दूसरे पासे कहते भी माणू के गिलां दे चार जाफी ने कहते भी गुरलाल सिंह माणू के और कनेडा दे विच वसे हुए ने विशेष तौर पर पुजे ने, और काबल USA वह भी कहते कबड्डी 365.com के जरिए इन्हां मैचों का जिहड़ा लाइव टैलीकास्ट वेख रहे ने। दविंदर लाल जी सामने कहते ने भी लाडी माणू के पिंड वाला मेरे वीरों इस वक्त कबड्डी पाता हुआ, उधर साढ़े वीर बलजिंदरे वर्गे गुरलाल माणूकिया वाला पहुंचा हुआ है, उधर कहते ने भी तरन तारी है निका मेरे वीरियो, जे शक कह सकते हैं भी वजनी कबड्डी के खिडारी कह सकते हैं, पर हौसला बड़ी वड्डी चीज है। अज जिहड़ा इन्हां खिडारियों ने यह प्रदर्शन जिहड़ा कबड्डी ओपन दी टीमां दे विच दिखाउण दा जिहड़ा हौसला कीता है। सामने एक पासे कहते ने भी अमना चोटी का खिडारी मेरे वीरियो, नाल ही इधर वकीलों वाले की धरती का मेरे वीरियो सुखा इस वक्त डक्कण की गल करता हुआ, और मेनो मेनी हुई जवानी पेंदे देख पटाके जो जवानी आउंदी है, एक गल 30 सेकेंटा दी मेरे वीरों तेव त्यालपुरे दसेगा भी पॉइंट किहदे हिस्से दे विच जुड़ेगा। अंक अंक दे रौले दे दरमियान यह विसल वज गई है, अंक जिहड़ा जाफी दे हिस्से दे विच जुड़दा हुआ। लाए भी दविंदर सिंह करीखा गल जीवन दी, आ नौजवान कहिंदे भी इंग्लैंड खेड़िया इस साल दर्शकों का चहेता खिडारी है जीवन नाम है, और कहते पिंड मेरे वीरियो मंडी निहाल सिंह वाले का एरिया है, कहते कबड्डी के खिडारियों का पिंड है, कबड्डी के प्रमोटर का पिंड है। नौजवान जीवन बहुत सोहना पॉइंट लेके वापस चल भी नौजवान, पा फिर अगली कबड्डी
ਨੌਜਵਾਨ ਅਗਲੀ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਸਾਡੇ ਜਗਦੇਵ ਸਿੰਘ ਜੀ ਜੱਗਾ ਸਾਬਕਾ ਸਰਪੰਚ ਉਹਨਾਂ ਦੇ ਵੱਲੋਂ ਨੌਜਵਾਨ ਜੀਵਨ ਦੇ ਲਈ 100 ਰੁਪਏ ਦੇ ਮਾਇਆ ਦੇ ਗੱਫੇ ਪੁੱਜਦੇ ਕੀਤੇ ਨੇ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਜਗਦੇਵ ਸਿੰਘ ਜੀ ਸਾਬਕਾ ਪ੍ਰਧਾਨ ਔਰ ਉਹਨਾਂ ਦੇ ਵੱਲੋਂ ਮਾਇਆ ਦੇ ਗੱਫੇ ਜਿਹੜੇ ਜੀਵਨ ਦੇ ਲਈ ਪੁੱਜਦੇ ਕੀਤੇ ਨੇ ਧੰਨਵਾਦ ਕਰਦੇ ਹਾਂ ਲਓ ਵੀ ਮਿੱਤਰੋ ਸਾਹਮਣੇ ਕਹਿੰਦੇ ਨੇ ਵੀ ਮਾਰੂ ਕੇ ਪਿੰਡ ਵਾਲਾ ਭੀਮ ਮੇਰੇ ਵੀਰੋ ਕਬੱਡੀ ਪਾਉਂਦੇ ਹੋਏ ਕਹਿੰਦੇ ਨੇ ਵੀ ਪੀਰ ਬਾਬਾ ਅਬਦੁੱਲੇ ਸ਼ਾਹ ਦੀ ਪਵਿੱਤਰ ਜਗ੍ਹਾ ਧਰਮਕੋਟ ਸ਼ਹਿਰ ਦੇ ਵਿੱਚ ਜਿੱਥੇ ਕਹਿੰਦੇ ਨੇ ਵੀ ਮਾਰੂ ਕੇ ਪਿੰਡ ਸਮੁੱਚਾ ਢੁੱਕਦਾ ਹੈ ਜਿੱਥੇ ਬਾਈ ਗੁਰਲਾਲ ਵਰਗੇ ਵੀ ਪਹੁੰਚਦੇ ਨੇ ਇਹ ਉਸੇ ਧਰਤੀ ਦਾ ਜੰਪਲ ਕਹਿੰਦੇ ਨੇ ਵੀ ਭੀਮ ਮਾਰੂ ਕੇ ਪਿੰਡ ਵਾਲਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਲਾਇਆ ਵੀ ਤਰਨ ਤਰਨੀਆਂ ਤਾਂ ਫਿਰ ਕਬੱਡੀ ਕਹਿੰਦੇ ਨੇ ਵੀ ਜ਼ਿਆਦਾਤਰ ਢੇਰੀ ਵਾਲੀ ਕਬੱਡੀ ਜਿਹੜੀ ਖੇਡੀ ਜਾਂਦੀ ਹੈ ਮਾਝੇ ਦੇ ਵਿੱਚ ਉੱਥੋਂ ਦੇ ਮੇਰੇ ਵੀਰੋ ਆਸ ਵਿੱਚ ਕਬੱਡੀ ਪਾਉਂਦਾ ਹੋਇਆ ਸਾਡਾ ਵੀਰ ਗੋਰਾ ਇੱਕ ਪਾਸੇ ਕਹਿੰਦੇ ਨੇ ਵੀ ਅਮਨਾ ਮੇਰੇ ਵੀਰੋ ਕੌਂਕੇ ਪਿੰਡ ਵਾਲਾ ਘੇਰਾ ਕੱਤਦਾ ਗੱਜ ਚੌੜੀ ਛਾਤੀ ਹੈ ਉੱਧਰ ਬਲਜਿੰਦਰਾ ਮਾਣੂਕਿਆਂ ਵਾਲਾ ਵੀ ਮੇਰੇ ਵੀਰੋ ਜਿਹਨੇ ਆਪ ਬੜੀ ਤਕੜੀ ਕਬੱਡੀ ਖੇਡੀ ਹੈ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਇੱਧਰੋਂ ਅਮਨਾ ਕਹਿੰਦੇ ਨੇ ਵੀ ਅੱਜ ਜਾਰ ਵਿਖਾਉਂਦਾ ਹੋਇਆ ਤੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਨੇ ਵੀ ਮਾਣੂਕੇ ਪਿੰਡ ਵਾਲਾ ਜੀਵਨ ਮੇਰੇ ਵੀਰੋ ਜਿਹਨੂੰ ਬੱਚਾ ਬੱਚਾ ਜਾਣਦਾ ਹੈ ਸ਼ਾਇਦ ਹੀ ਮੇਰੇ ਵੀਰੋ ਕੋਈ ਐਸਾ ਖਿਡਾਰੀ ਹੋਵੇ ਇੰਨੀ ਛੋਟੀ ਉਮਰ ਦੇ ਵਿੱਚ ਕਹਿੰਦੇ ਨੇ ਵੀ ਸੱਤ ਸਮੁੰਦਰਾਂ ਤੋਂ ਪਾਰ ਦੇਸਾਂ ਪ੍ਰਦੇਸਾਂ ਦੇ ਵਿੱਚ ਕਬੱਡੀ ਦੇ ਜੌਹਰ ਵਿਖਾ ਚੁੱਕਿਆ ਇਹ ਜੀਵਨ ਮਾਣੂ ਕੇ ਪਿੰਡ ਵਾਲਾ ਮੇਰੇ ਵੀਰੋ ਨਾ ਜਿੱਕ ਨਰਮ ਸਰੀਰ ਨਾ ਸ਼ਮਕਾ ਮਾਰ ਬਾਲਮਾਵੇ ਜੋਬਨ ਮੰਗਦਾ ਪਿਆਰ ਦੇ ਬਦਲੇ ਪਿਆਰ ਬਾਲਮਾਵੇ ਲਓ ਜੀ ਮਾਣੂ ਕੇ ਦੀ ਟੀਮ ਜਿਹੜੀ ਇਸ ਮੈਚ ਦੇ ਵਿੱਚੋਂ ਵਿਨਰ ਰਹੀ ਹੈ ਪੱਤੋ ਹੀਰਾ ਸਿੰਘ ਤੇ ਘੋੜੀਆ ਖੁਰਦ ਮਾਣੂ ਕੇ ਬੀ ਟੀਮ ਹੈ ਜੀ ਇਹ ਨੋਟ ਕੀਤੀ ਜਾਵੇ ਨਾਲ ਹੀ ਸਾਡੇ ਦਰਮਿਆਨ ਛਿੰਦਾ ਆਸਟ੍ਰੇਲੀਆ ਤੇ ਸ਼ੇਰਾ ਆਸਟ੍ਰੇਲੀਆ ਦਲਜੀਤ ਨਿਊਜ਼ੀਲੈਂਡ ਤੋਂ ਮੈਚ ਤੱਕ ਰਹੇ ਨੇ ਉਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਵੀਰ ਸ਼ੀਰਾ ਬੱਲਾ ਚੰਦ ਸਾਡਾ ਵੀਰ ਰਾਮੂ ਵਾਲਾ ਜੱਦੀ ਪਿੰਡ ਹੈ ਸ਼ੀਰੇ ਦਾ ਮਨੀਲਾ ਤੋਂ ਮੈਚ ਤੱਕ ਰਹੇ ਨੇ ਕਬੱਡੀ 365.com ਦੇ ਜ਼ਰੀਏ ਜਿਨ੍ਹਾਂ ਨੇ ਦੇਵ ਦਿਆਲਪੁਰੇ ਵਾਲੇ ਨੂੰ ਮੇਰੇ ਵੀਰੋ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਦੇਣਾ ਹੈ ਕੋਟ ਸਿੰਘ ਵਾਲੇ ਪਿੰਡ ਦੀ ਧਰਤੀ ਤੇ ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਗੁਰਮੀਤ ਸਿੰਘ ਜੀ ਸੂਬੇਦਾਰ ਚੰਡ ਪੁਰਾਣੇ ਤੋਂ ਪਹੁੰਚੇ ਨੇ ਹਰਜੀਤ ਤਲਵਾਰ ਕਲੱਬ ਐਵ ਸਪੋਰਟ ਵਾਲਾ ਜਗਦੇਵ ਰਾਮੂ ਵਾਲੀਆ ਪਹੁੰਚਿਆ ਕੈਨੇਡਾ ਤੋਂ ਉਹਨਾਂ ਦਾ ਧੰਨਵਾਦ ਹੈ ਇੱਧਰ ਕਹਿੰਦੇ ਨੇ ਵੀ ਸਿਮਰਾ ਸਾਡਾ ਵੀਰ ਆਪਣੀ ਟੀਮ ਲੈ ਕੇ ਸਾਡੇ ਦਰਮਿਆਨ ਪਹੁੰਚ ਚੁੱਕਾ ਹੈ ਵਿਰੋਧੀ ਟੀਮ ਮੇਰੇ ਵੀਰੋ ਇਹ ਮੈਚ ਹੋਵੇਗਾ ਪੱਤੋ ਹੀਰਾ ਸਿੰਘ ਵਰਸਜ ਘੋਲੀਆ ਖੁਰਦ ਦੀਆਂ ਟੀਮਾਂ ਦੇ ਦਰਮਿਆਨ ਇਹ ਮੈਚ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਉਧਰ ਗਰਜੰਟ ਟੋਟੀਆਂ ਪਿੰਡ ਵਾਲਾ ਮੇਰੇ ਵੀਰੋ ਪਹਿਲਵਾਨ ਸਾਡੇ ਦਰਮਿਆਨ ਆਪਣੀ ਟੀਮ ਦਾ ਪ੍ਰਦਰਸ਼ਨ ਕਰਵਾ ਕੇ ਗਿਆ ਨਾਲ ਹੀ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਜਿਹੜੇ ਇੱਕ ਵਰਸਜ ਰੱਜੀ ਵਾਲਾ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਉਸ ਤੋਂ ਬਾਅਦ ਜਿਹੜਾ ਮੈਚ ਹੋਵੇਗਾ ਉਹ ਈਸੇ ਵਾਲਾ ਵਰਸਜ ਮੱਲੀਆਂ ਖੁਰਦ ਵਾੜਾ ਚੈਣ ਸਿੰਘ ਵਾਲਾ ਵਰਸਜ ਸਰਾਵਾ ਭਾਗਪੁਰ ਗਗੜਾ ਖੇਡੇਗੀ ਗਿੱਦੜ ਪਿੰਡ ਦੇ ਨਾਲ ਹੀ ਮੇਰੇ ਵੀਰੋ ਜਗਮੇਲ ਠੱਠੀ ਭਾਈ ਵਾਲਾ ਸਾਡਾ ਵੀਰ ਜਿਹਦੇ ਵੱਲੋਂ ਗੋਲਡੀ ਚਿੜਕ ਦੇ ਲਈ ਅੱਜ ਬੁਲਟ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਦਿੱਤੇ ਜਾਣੇ ਨੇ ਔਰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਅਵਤਾਰ ਸਿੰਘ ਜੀ ਦਾ ਜਿਨ੍ਹਾਂ ਦਾ ਹਰ ਸਾਲ ਇਸ ਖੇਡ ਮੇਲੇ ਦੇ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਲਓ ਵੀ ਮੇਰੇ ਵੀਰੋ ਪਾਸੇ ਜਿਹੜੇ ਚੇਂਜ ਹੋ ਗਏ ਨੇ ਮੁਕਾਬਲਾ ਸ਼ੁਰੂ ਹੋਵੇਗਾ ਦੱਸੀ ਵੀ ਦਵਿੰਦਰ ਸਿੰਘ ਘੋਲੀਏ ਦੀ ਜਿਹੜੀ ਟੀਮ ਜੇ ਆਪਾਂ ਦੇਖੀਏ ਤੇ ਘੋਲੀਏ ਦੀ ਟੀਮ ਸਾਹਮਣੇ ਖੜੀ ਆਪਾਂ ਨੂੰ ਨਜ਼ਰ ਆ ਰਹੀ ਹੈ ਇਹ ਬਹੁਤ ਹੀ ਸ਼ਾਨਦਾਰ ਮੁਕਾਬਲਾ ਫੜ ਲੈ ਜਦ ਪੱਟ ਘੋਲੀਆ ਕਹਿੰਦੇ ਫਿਰ ਛੱਡਦਾ ਨਹੀਂ ਔਰ ਵਿਰੋਧੀ ਟੀਮ ਕਹਿੰਦੇ ਨੇ ਵੀ ਪੱਤੋ ਹੀਰਾ ਸਿੰਘ ਦੀ ਟੀਮ ਹੈ ਇਹ ਸੋਹਣਾ ਮੁਕਾਬਲਾ ਪਈ ਹੋਈ ਕਬੱਡੀ ਕਹਿੰਦੇ ਨੇ ਵੀ ਜਿੱਥੋਂ ਨੇ ਸਾਧੂ ਸਿੰਘ ਜੀ ਬਰਾੜ ਸਾਹਿਬ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਬੜੀ ਤਕੜੀ ਕੋਚਿੰਗ ਦਿੱਤੀ ਹੈ ਉਸੇ ਧਰਤੀ ਦਾ ਇਹ ਮੇਰੇ ਵੀਰੋ ਰੁੱਬੀ ਸਾਡਾ ਵੀਰ ਪੁਆਇੰਟ ਲੈ ਕੇ ਆਪਣੇ ਪਾਲੇ ਵੱਲ ਵਾਧਾ ਹੋਇਆ ਅਗਲੀ ਕਬੱਡੀ ਕਹਿੰਦੇ ਨੇ ਵੀ ਇਸ ਵਕਤ ਫਿਰ ਘੋਲੀਏ ਦੀ ਤਰਫੋਂ ਪੈਣ ਜਾ ਰਹੀ ਹੈ ਗੇਲੇ ਦਾ ਗਰਾਈ ਹੈ ਦਵਿੰਦਰ ਸਿੰਘ ਇਹ ਘੋਲੀਏ ਦੀ ਧਰਤੀ ਦਾ ਸਾਡਾ ਵੀਰ
ਲੋਕ ਕਹਿੰਦੇ ਵੀ ਆਹ ਨੌਜਵਾਨ ਸਰਬ ਹੈ, ਇਟਲੀ ਦੇ ਵਿੱਚ ਪੱਕੇ ਤੌਰ ਤੇ ਜਾ ਵਸਿਆ, ਔਰ ਕਹਿੰਦੇ ਵੀ ਕਬੱਡੀ ਦਾ ਖੇਡ ਸੀਜ਼ਨ ਜਿਹੜਾ ਖੇਡਣ ਦੇ ਲਈ ਇੱਥੇ ਆਇਆ ਹੈ। ਲਓ ਸਰਬੇ ਦੀ ਪਾਈ ਹੋਈ ਕਬੱਡੀ ਹੈ, ਸਾਹਮਣੇ ਕਹਿੰਦੇ ਵੀ ਪੱਤੋ ਦੇ ਚਾਰ ਜਾਫੀ ਨੇ, ਕਦੇ ਕਹਿੰਦੇ ਵੀ ਰਾਜੂ ਪੱਤੋ ਵਾਲੇ ਦੀ ਗੱਲ, ਪੱਤੋ ਦੇ ਸ਼ਕੀਨਾਂ ਦੀ ਗੱਲ। ਲਓ ਇੱਕ ਪਾਸੇ ਸਰਬ ਹੈ ਔਰ ਦੂਸਰੇ ਪਾਸੇ ਨੌਜਵਾਨ ਕਹਿੰਦੇ ਪੱਤੋ ਵਾਲਾ, ਸੱਜੇ ਕਦੀ ਖੱਬੇ ਬੱਲੇ ਬੱਲੇ ਹੋਈ ਵੀ ਖੇਡ ਮੈਦਾਨ ਦੇ ਵਿੱਚ ਤਾੜੀਆਂ ਮਾਰਦੇ ਦਰਸ਼ਕ ਇਸ ਨੌਜਵਾਨ ਦੇ ਲਈ। ਲਓ ਜੀ ਬਲਕਾਰਾ ਗਗੜੇ ਦੀ ਟੀਮ ਦਾ ਜਿਹੜਾ ਪਲੇਅਰ ਹੈ ਉਹ ਆਪਣੀ ਗੱਡੀ ਦੇ ਕੋਲੇ ਪਹੁੰਚ ਜਾਵੇ, ਉਹਦੇ ਸੱਜਣ ਉਹਨੂੰ ਉਡੀਕ ਰਹੇ ਨੇ। ਆਹ ਖਿਡਾਰੀ ਨੂੰ ਅਮਰਾ ਆਖਦੇ ਨੇ ਮੇਰੇ ਵੀਰੋ, ਸਾਹਮਣੇ ਪੈਂਦੀ ਹੋਈ ਕਬੱਡੀ। ਹੈਲੋ ਬਾਈ ਜੀ, ਕਿਰਾਇਆ ਜਿਹੜੀਆਂ ਬੁੱਕ ਕੀਤੀਆਂ ਟੀਮਾਂ ਨੂੰ ਦਿੱਤਾ ਜਾਣਾ ਸਾਡੇ ਕੋਲੇ ਵਾਰ ਵਾਰ ਨਾ ਆਓ, ਬੁੱਕ ਕੀਤੀਆਂ ਟੀਮਾਂ ਨੂੰ ਕਿਰਾਇਆ ਦਿੱਤਾ, ਇਹਨੂੰ ਕਾਰਡ ਲਿਆਓ ਸਾਡੇ ਕੋਲੋਂ ਕਿਰਾਇਆ ਲੈ ਲਓ। ਇਸ ਤੋਂ ਜਿਹੜਾ ਅਗਲਾ ਮੁਕਾਬਲਾ ਹੈ ਰੱਜੀਵਾਲਾ ਵਰਸੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਕਲੱਬ ਚੜੈਕ, ਈਸੇ ਵਾਲਾ ਤੇ ਮੱਲੀਆਂ ਖੋਰਦ, ਵਾੜਾ ਚੈਨ ਸਿੰਘ ਤੇ ਸਰਾਵਾਂ, ਭਾਗਪੁਰ ਗਗੜਾ ਤੇ ਗਿੱਦੜ, ਅਕਾਲਸਰ ਮੋਗਾ ਦੇ ਭਗਤਾ ਭਾਈ। ਇਹ ਜਿਹੜੀਆਂ ਟੀਮਾਂ ਆਪਣੇ ਮੈਚਾਂ ਲਈ ਤਿਆਰ ਹੋ ਕੇ ਜਲਦੀ ਦੇ ਨਾਲ ਖੇਡ ਮੈਦਾਨ ਦੇ ਵੱਲ ਨੂੰ ਆ ਜਾਣ। ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਖੇਡ ਮੈਦਾਨ ਦੇ ਵਿੱਚ, ਕਿ ਗੰਨਾ ਚੂਪਿਆ ਨੀ ਜਿਹਨੇ ਆਪ ਬਹਿ ਕੇ ਵੱਟ ਤੇ, ਚਾਹ ਪਾਰਟੀ ਚ ਨਹੀਂ ਪੀਤੀ ਜਿਹਨੇ ਬਹਿ ਕੇ ਵੱਟ ਤੇ, ਤੂੜੀ ਧੁੱਪੇ ਨਾ ਢੁਆਈ, ਵਾਰੀ ਰਾਤ ਨੂੰ ਨੀ ਲਾਈ, ਨੱਕੇ ਮੋੜੇ ਨਾਲੇ ਕਹੀ ਨਾ ਚਲਾਈ, ਕਾਹਦਾ ਉਹ ਪੁੱਤ ਜੱਟਦਾ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ, ਕਾਹਦਾ ਉਹ ਪੁੱਤ ਜੱਟਦਾ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ। ਜਿਹਨੇ ਸਾਡੇ ਵੀਰਾਂ ਨੇ ਸਾਡੇ ਇਸ ਖੇਡ ਮੇਲੇ ਦੀ ਟਰਾਲੀਆਂ ਦੀ ਸੇਵਾ ਕੀਤੀ ਹੈ, ਵਿਸ਼ੇਸ਼ ਤੌਰ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਰਮਾਤਮਾ ਨਾਂ ਆਪ ਜਾਣਦਾ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਉਹਨਾਂ ਸਾਡੇ ਵੀਰਾਂ ਦੇ ਲਈ ਜਿਨ੍ਹਾਂ ਨੇ ਇਸ ਖੇਡ ਮੇਲੇ ਦੇ ਲਈ ਟਰਾਲੀਆਂ ਦੀ ਸੇਵਾ ਕੀਤੀ ਹੈ। ਲਓ ਪੈਂਦੀ ਹੋਈ ਕਬੱਡੀ ਔਰ ਦੂਸਰੇ ਪਾਸੇ ਕਹਿੰਦੇ ਘੋਲੀਏ ਦੀ ਧਰਤੀ ਦਾ ਡੱਕਣ ਦੀ ਅਸਫਲ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੱਲ ਕਰੇਗਾ। ਲਓ ਜੀ ਸਾਹਮਣੇ ਕਹਿੰਦੇ ਨੇ ਵੀ ਅਮਰੇ ਦੀ ਪਈ ਹੋਈ ਕਬੱਡੀ ਹੈ, ਦਿਲ ਵਾਲੇ ਦੀ ਕੌਡੀ, ਕੌਡੀ ਨਹੀਂ ਕਮਜ਼ੋਰਾਂ ਦੀ, ਇਹ ਮਿੱਤਰੋ ਕੌਡੀ ਖੇਡ ਹੈ ਜਿਹੜੀ ਦਿਲ ਵਾਲੇ ਦੀ ਹੈ। ਔਰ ਸਾਹਮਣੇ ਕਹਿੰਦੇ ਨੇ ਵੀ ਸਿਮਰਾ ਸਾਡਾ ਵੀਰ ਕੋਟ ਸਿੰਘ ਵਾਲੇ ਦੀ ਧਰਤੀ ਦਾ, ਪਰ ਇੱਧਰ ਸਾਡੇ ਵੀਰ ਡਬਲ ਟੱਚ ਕਰ ਗਏ ਨੇ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਅਗਲੀ ਟੀਮ ਚੜਿੱਕ ਦੀ ਮੇਰੇ ਵੀਰੋ, ਜਿਹਦੇ ਵਿੱਚ ਦੋਦੇ ਵਾਲੇ ਸੰਦੀਪ ਨੇ ਮੇਰੇ ਵੀਰੋ ਆਪਣੀਆਂ ਰੇਡਾਂ ਪਾਉਣੀਆਂ, ਨਾਲ ਮੈਂ ਦੇਖ ਰਿਹਾ ਵੀ ਸੋਨੇ ਵਰਗੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ। ਇੱਧਰੋਂ ਸਰਬਾ ਕਬੱਡੀ ਪਾਉਣ ਦੇ ਲਈ ਅੱਗੇ ਵਾਧਾ ਹੋਇਆ, ਆਤਾ ਮੱਲੀ ਪੰਮਾ ਝੰਡਿਆਂ ਨਾਲ ਸਾਡੇ ਵੀਰ 100 ਰੁਪਈਆ ਬੋਲਾ ਤੋਂ ਖੁਸ਼ ਹੋ ਕੇ ਮਾਣ ਜਿਹੜਾ ਪਹੁੰਚਦਾ ਕਰ ਗਏ ਨੇ। ਬਹੁਤ ਹੀ ਸ਼ਾਨਦਾਰ ਜੱਫਾ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਡਬਲ ਟੱਚ ਦਾ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਾਇ ਵੀ ਲਵਲੀ। ਕਹਿੰਦੇ ਨੇ ਵੀ ਪੱਤੋ ਪਿੰਡ ਵਾਲਾ ਇਸ ਵਕਤ ਕਬੱਡੀ ਪਾਉਣ ਦੇ ਲਈ ਅੱਗੇ ਵਾਧਾ ਹੋਇਆ। ਉਧਰ ਰਾਜ ਮੁਨਸ਼ੀ ਜੀ ਕਹਿੰਦੇ ਨੇ ਵੀ ਥਾਣਾ ਮਹਿਣਾ ਦੇ ਮੁੱਖ ਇੰਚਾਰਜ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ। ਆਹ ਸਿਮਰਾ ਮੇਰੇ ਵੀਰੋ ਗੁੱਟ ਫੜ ਕੈਂਚੀ ਲਾਉਣ ਦੀ ਗੱਲ ਕਰ ਦਿੱਤੀ ਹੈ, ਗੱਲ 30 ਸਕਿੰਟਾਂ ਦੀ ਹੈ ਔਰ ਘੜੀ ਦੀਆਂ ਸੂਈਆਂ। ਕਹਿੰਦੇ ਨੇ ਵੀ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਉੱਚੇ ਲੰਬੇ ਕੱਦ ਦੇ ਵਿੱਚ। ਕਹਿੰਦੇ ਨੇ ਵੀ ਫੇਰ ਕਬੱਡੀ ਪਾਉਣ ਦੇ ਲਈ ਸੋਹਣਾ ਹੱਦੋਂ ਵੱਧ ਹੋਵੇ, ਖੇਡ ਦਾ ਕਬੱਡੀ ਹੋਵੇ, ਗੱਲ ਬਣੇ ਤਾਂ ਸੁਖਿਆ। ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਸੁਖਿਆ, ਕੌਡੀ ਖੇਡ ਹੈ ਪੰਜਾਬੀਆਂ ਦੀ ਮਾਂ ਸੁਖਿਆ। ਇੱਧਰ ਅਮਨਾ ਮੇਰੇ ਵੀਰੋ ਫਿਰ ਕਬੱਡੀ ਪਾਉਣ ਦੇ ਲਈ ਹਲਕੇ ਹਲਕੇ ਕਦਮਾਂ ਦੇ ਨਾਲ ਅੱਗੇ ਵਾਧਾ ਹੋਇਆ। ਕਹਿੰਦੇ ਕੋਚ ਦੇ ਕਹਿਣ ਤੇ ਮਿਹਨਤਾਂ ਜਿਹੜੇ ਨਿੱਤ ਲਾਉਂਦੇ ਜ਼ਾਹਿਰ ਹੈ ਕਿ ਉਹ ਕੁਝ ਕਰਕੇ ਵਿਖਾਉਂਦੇ ਨੇ, ਭਾਵੇਂ ਉਹ ਰੇਡਰ ਹੋਵੇ ਭਾਵੇਂ ਉਹ ਜਾਫੀ ਹੋਵੇ। ਇੱਧਰ ਸਿਮਰਾ ਫਿਰ ਟੁੱਟ ਕੇ ਪੈ ਗਿਆ ਗੋਜ ਦਾਇਰੇ ਦੇ ਵਿੱਚ। ਕਹਿੰਦੇ ਨੇ ਵੀ ਦਰਸ਼ਕਾਂ ਦਾ ਠਾਠਾ ਮਾਰਦਾ ਹੋਇਆ ਇਕੱਠ, ਕਹਿੰਦੇ ਨੇ ਵੀ ਇਸ ਗੱਲ ਦਾ ਪ੍ਰਤੀਕ ਹੈ ਵੀ ਤੁਸੀਂ ਕਬੱਡੀ ਨੂੰ ਕਿੰਨਾ ਪਿਆਰ ਕਰਦੇ ਹੋ। ਲਾਇ ਵੀ ਦਵਿੰਦਰ ਸਿੰਘ ਸਰਬੇ ਦੀ ਪਈ ਹੋਈ ਕਬੱਡੀ, ਬਹੁਤ ਹੀ ਸ਼ਾਨਦਾਰ ਮੁਕਾਬਲਾ ਜਿਹੜਾ ਤੁਹਾਡੇ ਸਾਹਮਣੇ ਖੇਡਿਆ ਜਾ ਰਿਹਾ ਹੈ। ਉਧਰ ਸਾਡੇ ਵੀਰ ਦੀਪ ਔਲਖ, ਸਾਡਾ ਵੀਰ ਭੋਲਾ ਚੜਿੱਕ, ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ। ਪਈ ਹੋਈ ਕਬੱਡੀ ਇਸ ਵਕਤ ਕਹਿੰਦੇ ਨੇ ਵੀ ਸਰਬੇ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਖਿਡਾਰੀ। ਦੇਖਣਾ ਵੀ ਇੱਕ ਪਾਸੇ ਕਹਿੰਦੇ ਨੇ ਵੀ ਡੱਕਣ ਦੀ ਗੱਲ ਕਰਦਾ ਹੋਇਆ ਇਹ ਨੌਜਵਾਨ, ਪਰ ਪੁਆਇੰਟ ਵਾਹ ਹੰਦਿਆਂ ਦੇ ਨੇੜੇ ਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਪੁਆਇੰਟ ਜਿਹੜਾ ਸਾਡੇ ਦੇਵ ਦਿਆਲਪੁਰਾ ਜੀ ਮੀਰੀ ਬੰਬ ਜੀ ਦੱਸਦੇ ਨੇ ਵੀ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ। ਲਾਇਆ ਵੀ ਦਵਿੰਦਰ ਸਿੰਘ ਅਮਰੇ ਦੀ ਪਈ ਹੋਈ ਕਬੱਡੀ।
ਲਓ ਕਹਿੰਦੇ ਵੀ ਅਮਨ, ਇੱਕ ਕਹਿੰਦੇ ਸਰਾਵਾਂ ਦੀ ਧਰਤੀ ਦਾ, ਔਰ ਇੱਕ ਕਹਿੰਦੇ ਵੀ ਆਹ ਨੌਜਵਾਨ ਅਮਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਾਧਾ ਹੋਇਆ। ਔਰ ਸਾਡੇ ਜਗਜੀਤ ਹਾਂਗਕਾਂਗ ਜੀ, ਜਾਂਟਾ ਹਾਂਗਕਾਂਗ, ਇਕਬਾਲ ਨੰਬਰਦਾਰ, ਉਹਨਾਂ ਦੇ ਪਰਿਵਾਰ ਦੇ ਵੱਲੋਂ ਅਗਲੇ ਸਾਲ ਕਹਿੰਦੇ ਜਿਹੜੀ ਨੈੱਟ ਦੀ ਸੇਵਾ ਕੀਤੀ ਜਾਵੇਗੀ। ਧੰਨਵਾਦ ਕਰਦੇ ਹਾਂ। ਔਰ ਸਰਬਸੀਤ ਸਿੰਘ ਜੀ ਐਸ ਓ ਰਾਵਲੀ, ਔਰ ਅਮਰਾ ਸਾਫੂਵਾਲ ਤੇ ਕਾਲਾ ਸਿੰਘਾਵਾਲਾ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਪਈ ਹੋਈ ਕਬੱਡੀ ਇਸ ਨੌਜਵਾਨ ਦੀ, ਕਿ ਦਾਰੂ ਪੀਤੀ ਦਾ ਪੀਂਦੇ ਵੀ ਬੜੇ ਵੇਖੇ, ਆਪੋ ਆਪਣਾ ਸੱਜਣੋ ਟੰਗ ਹੁੰਦਾ, ਆਪੋ ਆਪਣਾ ਸੱਜਣੋ ਟੰਗ ਹੁੰਦਾ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਇਸ ਵੇਲੇ ਪੂਰਾ ਤਕੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ, ਪੂਰਾ ਕਹਿੰਦੇ ਵੀ ਗਹਿ ਗੱਡਮਾ ਜੱਫਾ ਲੱਗਣ ਦੀ ਪੂਰੀ ਕੋਸ਼ਿਸ਼, ਸਮਾਂ ਬੀਤਦਾ ਜਾ ਰਿਹਾ। ਕਹਿੰਦੇ ਵੀ ਕੁਝ ਸਕਿੰਟ ਬੀਤ ਗਏ ਨੇ, ਕੁਝ ਬੀਤਣ ਵਾਲੇ ਨੇ, ਸਮਾਂ ਮੁਹਤਾਜ ਹੈ, ਕਬੱਡੀ ਸਮੇਂ ਦੀ ਮੁਹਤਾਜ ਹੈ, ਬੱਲੇ ਬੱਲੇ ਹੋਈ ਪਈ ਹੈ। ਔਰ ਇਸ ਵੇਲੇ ਕਹਿੰਦੇ ਵੀ ਬੀਰੀ ਬੰਬ ਮਾਰਦਾ ਹੋਇਆ ਵਿਸਲ ਤੇ ਪੁਆਇੰਟ ਜਾਫੀ ਦੇ ਹਿੱਸੇ ਜੁੜਦਾ ਹੋਇਆ। ਅਗਲੀ ਗੱਲ ਮਾਈਕ ਤੇ ਸੁੱਖਾ ਲਾਲ ਜੀ, ਇਹਨਾਂ ਮੈਚਾਂ ਦੇ ਵਿੱਚ ਪੱਤੋ ਦੀ ਟੀਮ, ਇਹਨਾਂ ਮੈਚਾਂ ਦੇ ਵਿੱਚ ਪੱਤੋ ਦੀ ਜਿਹੜੀ ਟੀਮ ਹੈ ਮੇਰੇ ਖਿਆਲ ਦੇ ਵਿੱਚ ਵਿਨਰ ਰਹੀ ਹੈ। ਸਾਡੇ ਵੀਰ ਜਗਮੇਲ ਠੱਠੀ ਭਾਈ ਵਾਲਾ, ਵੀਰ ਬੂਟਾ ਕਹਿੰਦੇ ਨੇ ਵੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਗੋਲਡੀ ਚੜਿਕ ਦੇ ਲਈ ਇਹ ਬੁਲਟ ਮੋਟਰਸਾਈਕਲ ਦੇ ਨਾਲ ਮਾਣ ਸਨਮਾਨ ਹੋੜੇ ਨੇ। ਕਹਿੰਦੇ ਹੀਰੋ ਹਾਂਡਾ ਬੁਲਟ ਨਹੀਂ ਬਣਦਾ ਲਾਲ ਸਲੰਸਰ ਬੁਲਟ ਦਾ, ਹੀਰੋ ਹਾਂਡਾ ਬੁਲਟ ਨਹੀਂ ਬਣਦਾ ਲਾਲ ਸਲੰਸਰ ਬੁਲਟ ਦਾ, ਭੁੱਲ ਜੇ ਦੀਪਾ ਕਾਰਾਂ ਨੂੰ ਜਿਹੜਾ ਝੂਟਾ ਲੈ ਲੇ ਬੁਲਟ ਦਾ, ਜੇ ਸ਼ੌਕ ਬੁਲਟ ਦਾ ਤੈਨੂੰ ਚੰਗੀ ਖੇਡ ਵਿਖਾ ਸਜਣਾ, ਜੇ ਨਿਗਾਹ ਪੈ ਗਿਆ ਮਾਣੂਕੇ ਵਾਲੇ ਗੁਰਲਾਲ ਦੇ ਤੈਨੂੰ ਦਿਓ ਬੁਲਟ ਤੇ ਬਾ ਸਜਣਾ। ਐਵੇਂ ਨੀ ਕਹਿੰਦੇ ਬੁਲਟ ਤੇ ਬੈਠ ਭੁੱਲ ਜਾਈਏ ਕਾਰ ਸੁਖਿਆ, ਦੁੱਗ ਦੁੱਗ ਕਰੇ 1,15,000 ਸੁਖਿਆ। ਇਹ ਸਿੱਧੇ ਪਾਸੇ ਵਾਲਾ, ਪੁੱਠੇ ਪਾਸੇ ਵਾਲਾ ਲੈਣਾ ਦਾ ਪੌਣੇ ਦੋ ਨੂੰ ਪਹੁੰਚਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਓ ਜੀ ਟੀਮ ਸਾਡੇ ਦਰਮਿਆਨ ਪਹੁੰਚ ਚੁੱਕੀ ਹੈ, ਤੁਹਾਡੇ ਆਪਣੇ ਪਿੰਡ ਦੀ ਟੀਮ ਹੈ। ਆ ਗੋਲਡੀ ਆ ਗਿਆ ਜਿਹਨੂੰ ਠੱਠੀ ਵਾਲਾ ਜਗਮੇਲ ਮੇਰੇ ਵੀਰੋ ਪੁੱਤਾਂ ਵਾਂਗ ਪਿਆਰ ਕਰਦਾ ਹੈ, ਜਿਹਨੂੰ ਅੱਜ ਬੁਲਟ ਮੋਟਰਸਾਈਕਲ ਦੇ ਕੇ ਇਹਨਾਂ ਗਰਾਊਂਡਾਂ ਦੇ ਵਿੱਚ ਮਾਣ ਬਖਸ਼ਿਆ ਜਾਵੇਗਾ। ਆ ਬੂਟਾ ਖੋਸੇ ਕੋਟਲੇ ਦੀ ਧਰਤੀ ਦਾ, ਸੰਤ ਬਾਬਾ ਫਤਿਹ ਸਿੰਘ ਦੀ ਧਰਤੀ, ਆ ਤੁਹਾਡੇ ਪਿੰਡ ਵਾਲਾ ਸੰਦੀਪ ਉਧਰ ਕੱਲਾਂ ਦੀ ਧਰਤੀ ਦਾ ਸੋਨਾ ਮੰਗਲ ਮੇਰੇ ਵੀਰੋ ਸਾਡੇ ਟਾਪ ਦੇ ਜਾਫੀ ਨੇ। ਹੈਲੋ ਆਉਣਾ 9:30 ਵਾਹ ਜੀ ਵਾਹ। ਉਧਰ ਪਵਨ ਕਾਲੀ ਸਾਡਾ ਵੀਰ ਕਹਿੰਦੇ ਨੇ ਵੀ ਬਾਜੇ ਕੇ ਪਰਿਵਾਰ ਵਾਲਾ, ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਜਿੱਥੋਂ ਦੇ ਸੁੱਖ ਕਾਲੀ ਵਰਗੇ, ਅੱਜ ਮੇਰੇ ਵੀਰੇ ਸੋਨੇ ਕਾਲੀ ਦੇ ਜੌਹਰ ਦਿਖਾਉਣੇ ਨੇ। ਜੇ ਦੂਜੇ ਪਾਸੇ ਦੀ ਗੱਲ ਕਰੀਏ ਤੇ ਕਹਿੰਦੇ ਨੇ ਵੀ ਦੋਨੇ ਟੀਮਾਂ ਜ਼ਿਲ੍ਹੇ ਮੋਗੇ ਨੂੰ ਬਿਲੋਂਗ ਕਰਦੀਆਂ। ਰੱਜੀ ਵਾਲਾ ਪਿੰਡ ਮੇਰਾ ਗੁਆਂਢੀ ਨਗਰ ਹੈ। ਔਰ ਸੁਖਦੇਵ ਸਿੰਘ ਜੀ ਸੋਖਾ ਟੋਰਾਂਟੋ ਦੇ ਵਿੱਚ ਰਹਿਣ ਬਸੇਰੇ ਨੇ, ਔਰ ਕਬੱਡੀ ਖਿਡਾਰੀ ਮੱਖਣ ਸਿੰਘ ਜੀ ਚਿੜਿਕ, ਚਰਨੀ ਕਬੱਡੀ ਖਿਡਾਰੀ ਔਰ ਨਿਰਮਲ ਨਿੰਮੀ, ਔਰ ਗੁਰਦੇਵ ਸਿੰਘ ਜੀ 20 ਕਿਲੋ, ਬਹੁਤ ਸਾਰਾ ਜਿਹੜਾ ਮਾਣ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਨੇ, ਧੰਨਵਾਦ ਕਰਦੇ ਹਾਂ। ਆਹ ਨੌਜਵਾਨ ਨੂੰ ਪਹਿਲੀ ਵਾਰ ਮੈਂ ਵਿਧਾਤੇ ਕਲਾਂ ਦੇ ਖੇਡ ਮੇਲੇ ਤੇ ਦੇਖਿਆ ਸੀ, ਔਰ ਕਹਿੰਦੇ ਜ਼ਿਲ੍ਹੇ ਬਰਨਾਲੇ ਦੇ ਵਿੱਚ ਇਸ ਨੌਜਵਾਨ ਨੇ ਬੜੀ ਧੁੰਮ ਮਚਾਈ। 57 ਕਿਲੋ ਭਾਰ ਵਰਗ ਦੇ ਵਿੱਚ ਖੇਡਿਆ ਇਹ ਨੌਜਵਾਨ ਹਰਨੇਕ ਸਿੰਘ ਨੇਕੀ ਦਾ ਪੋਤਰਾ, ਨੌਜਵਾਨ ਕਹਿੰਦੇ ਸੰਦੀਪ ਦੋਦੇ ਪਿੰਡ ਵਾਲਾ, ਬਹੁਤ ਸੋਹਣਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਚੱਲ ਵੀ ਨੌਜਵਾਨ ਪਾ ਫਿਰ ਅਗਲੀ ਕਬੱਡੀ, ਨੌਜਵਾਨ ਦੀ ਪਾਈ ਹੋਈ ਅਗਲੀ ਕਬੱਡੀ। ਔਰ ਗੱਲ ਕਰਿਆ ਕਹਿੰਦੇ ਵੀ ਸੁੱਖਾ ਮਾਈਕ ਦੇ ਉੱਪਰ, ਦੂਸਰੇ ਪਾਸੇ ਗੋਰਾ ਲਾਲ ਜੀ ਸਾਹਮਣੇ ਮੇਰੇ ਵੀਰੋ ਗੋਰੇ ਦੇ ਕੋਸ਼ਿਸ਼ ਕੀਤੀ ਤੇ ਖੋਸੇ ਕੋਟਲੇ ਪਿੰਡ ਵਾਲਾ ਰੱਜੀ ਵਾਲੇ ਦਾ ਪੁੱਤ ਬਣ ਕੇ ਖੇਡਦਾ ਹੈ, ਇਹਨੂੰ ਬੂਟਾ ਆਖਦੇ ਨੇ। ਆ ਖਿਡਾਰੀ ਕਹਿੰਦੇ ਨੇ ਵੀ ਜਿਹਨੂੰ ਅੱਜ ਬੁਲਟ ਤੇ ਬਹਾ ਕੇ ਕਹਿੰਦੇ ਨੇ ਵੀ ਦੁੱਗ ਦੁੱਗ ਕਰਾ ਦਿੱਤੀ ਜਾਣੀ ਹੈ, ਇਹ ਗੋਲਡੀ ਮੇਰੇ ਵੀਰੋ ਕਹਿੰਦੇ ਹੱਸਦਾ ਹਸਾਉਂਦਾ ਹੋਇਆ, ਹੱਸਣਾ ਤਾਂ ਸਾਡੀ ਆਦਤ ਸੀ, ਤੁਸੀਂ ਗਲਤ ਅੰਦਾਜ਼ਾ ਲਾ ਬੈਠੇ, ਅਸੀਂ ਹੱਸਦੇ ਵੱਸਦੇ ਵੱਧਦੇ ਗਏ ਤੇ ਤੁਸੀਂ ਦਿਲ ਦਾ ਚੈਨ ਗਵਾ ਬੈਠੇ। ਇੱਕ ਪਾਸੇ ਮੀਤਾ ਰੌਲੀ ਪਿੰਡ ਵਾਲਾ, ਨਾਲ ਕਹਿੰਦੇ ਨੇ ਵੀ ਜੰਟਾ ਰੱਜੀ ਵਾਲੀਆ, ਤੇ ਆਹ ਪੂਰਾ ਨਾਂ ਸੁਖਚੈਨ ਹੈ। ਤੇ ਸਾਡੇ ਵੀਰ ਦੱਸਦੇ ਨੇ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ, ਆ ਕਹਿੰਦੇ ਨੇ ਵੀ ਮਿਸਤਰੀ ਸਿੱਖ ਦਾ ਨੌਜਵਾਨ ਰੱਜੀ ਵਾਲੇ ਪਿੰਡ ਦਾ ਨਿੱਕਾ ਮੇਰੇ ਵੀਰੋ 70 ਕਿਲੋ ਵਜਨ ਹੈ, ਬੜੀ ਫੁਰਤੀ ਹੈ, ਇੱਕ ਪਾਸੇ ਗੋਰਾ ਇੱਕ ਪਾਸੇ ਸੋਨਾ, ਨਾਲ ਕਹਿੰਦੇ ਨੇ ਵੀ ਸਿਕੰਦਰ ਜੱਟਾਂ ਦੇ ਪੁੱਤ
ਢੱਲਾਂ ਦੀ ਧਰਤੀ ਦਾ ਪਰ ਪੁਆਇੰਟ ਜਿਹੜਾ ਨਿੱਕੇ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਫਰਸ਼ੋ ਅਰਸ਼ ਪਚਾਵੇ ਕਬੱਡੀ ਕੋਈ ਸਾਂਭੇ ਕਰਮਾਂ ਵਾਲਾ ਦੌਲਤ ਸ਼ੌਹਰਤ ਦੇਵੇ ਕਬੱਡੀ ਕੋਈ ਸਾਂਭੇ ਕਰਮਾਂ ਵਾਲਾ ਔਖੇ ਬੜੇ ਨੇ ਪੈਂਡੇ ਮਿੱਤਰੋ ਇਸ ਖੇਡ ਕਬੱਡੀ ਦੇ ਜੇ ਰੱਬ ਦੇਵੇ ਯਾਰ ਤਰੱਕੀਆਂ ਸੁੱਖਿਆ ਪੈਰ ਨਹੀਂ ਛੱਡੀ ਦੇ ਇਹ ਦੋਦੇ ਦੀ ਧਰਤੀ ਦਾ ਸੰਦੀਪ ਹੈ ਘੋੜੇ ਦਾ ਗ੍ਰਾਹੀ ਹੈ ਮੇਰੇ ਵੀਰੋ ਮਾਣ ਕਰਦੇ ਨੇ ਟਾਪ ਦੇ ਜਿਹੜੇ ਜਾਫੀ ਹੈ ਕਹਿੰਦੇ ਨੇ ਵੀ ਸੰਦੀਪ ਸਾਡੇ ਚ ਖੇਡੇ ਸੰਦੀਪ ਸਾਡੇ ਚ ਖੇਡੇ ਲਾਏ ਵੀ ਦਵਿੰਦਰਾ ਬੂਟੇ ਦੀ ਪਈ ਕਬੱਡੀ ਕਲੀ ਵਾਲਾ ਵੀਰ ਜਿਹੜਾ ਤੇਰੀਆਂ ਤੇ ਸਾਈਡਾਂ ਦੀਆਂ ਲਾਈਨਾਂ ਤੇ ਕਲੀ ਪਾ ਦੇਵੇ ਉਹਦੇ ਸਾਹਮਣੇ ਮੈਂ ਦੇਖ ਰਿਹਾ ਵੀ ਸੋਨੇ ਨੇ ਕੋਸ਼ਿਸ਼ ਕੀਤੀ ਪਰ ਮਗਰ ਜਿਹੜੀ ਲਾਈਨ ਟੱਚ ਹੋ ਗਈ ਹੈ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਦਵਿੰਦਰ ਸਿੰਘ ਗੋਲਡੀ ਪਾਵੇਗਾ ਤੁਹਾਡੇ ਇਸੇ ਨਗਰ ਦਾ ਜੰਪਲ ਮੇਰੇ ਵੀਰੋ ਗੋਲਡੀ ਚੜਿਕ ਕਬੱਡੀ ਪਾਉਂਦਾ ਹੋਇਆ ਇੱਕ ਕਹਿੰਦੇ ਵੀ ਕੋਲਕਾਤਾ ਦੀ ਧਰਤੀ ਦਾ ਗੋਲਡੀ ਹੈ ਇਹ ਕਹਿੰਦੇ ਵੀ ਆਹ ਨੌਜਵਾਨ ਚੜਿਕ ਦੀ ਧਰਤੀ ਦਾ ਗੋਲਡੀ ਪਿਛਲੇ ਦਿਨੀ ਕਹਿੰਦੇ ਵੀ ਗੁਰਸੇਵ ਕੋਲੀਆ ਟੋਨੀ ਯੂ ਐਸ ਏ ਦੇ ਵੱਲੋਂ ਇਸ ਨੌਜਵਾਨ ਨੂੰ ਮਲੀਆਂ ਵਾਲੇ ਦੇ ਖੇਡ ਮੇਲੇ ਤੇ ਕਹਿੰਦੇ ਵੀ ਮੋਟਰਸਾਈਕਲ ਦੇ ਮਾਨ ਸਨਮਾਨ ਦਿੱਤੇ ਗਏ ਨੇ ਅੱਜ ਕਹਿੰਦੇ ਵੀ ਬੁਲਟ ਮੋਟਰਸਾਈਕਲ ਨਾਲ ਮਾਨ ਸਨਮਾਨ ਦੇਊਗਾ ਇਹਨੂੰ ਨੌਜਵਾਨ ਕਹਿੰਦੇ ਵੀ ਗੋਲਡੀ ਚੜਿਕ ਪਿੰਡ ਦਾ ਬਹੁਤ ਸੋਹਣਾ ਪੁਆਇੰਟ ਲੈ ਕੇ ਵਾਪਸ ਜਗਮੇਲ ਸਿੰਘ ਦੀ ਠੱਠੀ ਪਾਈ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਔਰ ਇਸ ਤੋਂ ਅਗਲਾ ਮੈਚ ਈਸੇਵਾਲਾ ਤੇ ਮਲੀਆਂ ਖੁਰਦ ਵਾੜਾ ਚੈਨ ਸਿੰਘ ਤੇ ਸਰਾਵਾਂ ਭਾਗਪੁਰ ਗਗੜਾ ਤੇ ਗਿੱਦੜ ਅਕਾਲਸਰ ਮੋਗਾ ਦੇ ਭਗਤਾ ਭਾਈ ਡਗਰੂ ਤੇ ਲੋਪੋ ਲਾਲ ਜੀ ਉਧਰ ਕਹਿੰਦੇ ਨੇ ਵੀ ਨਿੱਕੇ ਦੀ ਪਈ ਹੋਈ ਕਬੱਡੀ ਉਧਰ ਹੈਂਡੀਕੈਪਟ ਸੱਜਣ ਕਹਿੰਦੇ ਨੇ ਵੀ ਵੱਧਣੀ ਵਾਲਾ ਟਰੈਕ ਦੇ ਗੇੜੇ ਲਾਉਂਦਾ ਦਰਸ਼ਕਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇਸ ਗਰੀਬ ਦਾ ਜਿਹੜਾ ਤੁਸੀਂ ਮਾਣ ਕਰੋ ਉਧਰ ਹਲਕੀ ਜੀ ਸੱਟ ਮਹਿਸੂਸ ਕਰਦਾ ਹੋਇਆ ਸਾਡਾ ਨਿੱਕਾ ਰੱਜੀ ਵਾਲੀਆ ਖਿਡਾਰੀ ਪਰ ਇਸ਼ਾਰਾ ਜਿਹੜਾ ਰੇਡਰ ਵੱਲੀ ਹੋਇਆ ਅਗਲੀ ਕਬੱਡੀ ਪਾ ਵੀ ਸੰਦੀਪ ਤੋਦੇ ਵਾਲਾ ਪਰ ਵੇਖਣਾ ਫੋਟੋਗ੍ਰਾਫਰ ਮੇਰਾ ਵੀਰ ਕਿਰਪਾ ਕਰਕੇ ਸਟੇਜ ਤੇ ਆ ਜਾਵੇ ਫੋਟੋਗ੍ਰਾਫਰ ਕਿਰਪਾ ਕਰਕੇ ਸਟੇਜ ਤੇ ਆ ਜਾਵੇ ਲਾਲ ਜੀ ਸਾਹਮਣੇ ਕਹਿੰਦੇ ਨੇ ਵੀ ਤੋਦੇ ਵਾਲੇ ਸੰਦੀਪ ਨੇ ਕਬੱਡੀ ਪਾ ਦਿੱਤੀ ਹੈ ਕਹਿੰਦਾ ਸ਼ੌਂਕ ਬਿਨਾ ਖੇਡੀ ਦੀ ਨੀ ਕਬੱਡੀ ਮਿੱਤਰੋ ਸ਼ੌਂਕ ਬਿਨਾ ਬਣਦੀ ਨਾ ਬਾਡੀ ਮਿੱਤਰੋ ਸ਼ੌਂਕ ਬਿਨਾ ਜੱਟ ਕੋਈ ਕੰਮ ਨਾ ਕਰੇ ਛੱਡ ਤੇ ਤੂੰ ਸੁੱਖਿਆ ਗੁਮਾਨ ਕਰਨਾ ਇਹ ਹੁੰਦੇ ਨੇ ਜੱਟਾਂ ਦੇ ਪੁੱਤ ਪਰੇ ਤੋਂ ਪਰੇ ਹੁੰਦੇ ਨੇ ਜੱਟਾਂ ਦੇ ਪੁੱਤ ਪਰੇ ਤੋਂ ਪਰੇ ਇੱਧਰ ਕਹਿੰਦੇ ਨੇ ਵੀ ਬੂਟਾ ਖੋਸਿਆਂ ਦੀ ਧਰਤੀ ਦਾ ਮੇਰੇ ਵੀਰੋ ਐਸ ਵਿੱਚ ਕਬੱਡੀ ਪਾਉਣ ਦੇ ਲਈ ਅੱਗੇ ਵਾਧਾ ਹੋਇਆ ਉਧਰ ਕੁਲਦੀਪ ਮਨੀਲਾ ਤੋਂ ਸ਼ੀਰਾ ਰਾਮੂ ਵਾਲੇ ਪਿੰਡ ਵਾਲਾ ਮਨੀਲਾ ਤੋਂ ਨਾਲ ਮੇਰੇ ਵੀਰੋ ਬੱਲੇ ਵਰਗੇ ਚੰਦ ਵਰਗੇ ਮੈਚ ਦੇਖ ਰਹੇ ਨੇ ਅੰਮ੍ਰਿਤਪਾਲ ਮਨੀਲਾ ਬਲਜੀਤ ਨਿਊਜ਼ੀਲੈਂਡ ਸਾਡਾ ਵੀਰ ਤੇ ਨਾਲ ਹੀ ਮੇਰੇ ਵੀਰੋ ਸ਼ਿੰਦਾ ਆਸਟ੍ਰੇਲੀਆ ਤੇ ਸ਼ੇਰਾ ਆਸਟ੍ਰੇਲੀਆ ਜਿਨ੍ਹਾਂ ਨੇ ਇਸ ਸਾਲ ਵੀ 31,000 ਕਹਿੰਦੇ ਨੇ ਵੀ ਅਗਲੇ ਸਾਲ ਜਿਹੜਾ 31,000 ਦਾ ਅਨਾਊਂਸਮੈਂਟ ਕਰਵਾਈ ਹੈ ਹੋਰ ਵੀ ਜਿਨ੍ਹਾਂ ਵੀਰਾਂ ਨੇ ਅਗਲੇ ਸਾਲ ਦੇ ਖੇਡ ਮੇਲੇ ਤੇ ਮਾਇਆ ਦੇ ਗੱਫੇ ਦੇਣੇ ਨੇ ਉਹ ਸਾਡੇ ਕੋਲੇ ਆਪਣਾ ਨਾਂ ਲਿਖਵਾ ਸਕਦੇ ਨੇ ਇਧਰੋਂ ਗੋਲਡੀ ਦੀ ਪਈ ਹੋਈ ਕਬੱਡੀ ਸਾਹਮਣੇ ਚਾਰ ਖਿਡਾਰੀ ਲਾਇ ਵੀ ਮਿੱਤਰੋ ਕਿਹਨੂੰ ਹੱਥ ਲੱਗੇਗਾ ਇਹ ਹੈ ਜੰਟੀ ਮੇਰੇ ਵੀਰੋ ਉਹ ਜੰਟਾ ਆਖ ਦਿੰਦਾ ਇੱਕ ਪਾਸੇ ਗੱਗੇ ਨਾਲ ਗੋਲਡੀ ਗੋਲਡੀ ਸਾਡਾ ਵੀਰ ਜੱਜੇ ਨਾਲ ਜੰਟਾ ਹਾਹੇ ਨਾਲ ਹੰਦੇ ਤੇ 30 ਸਕਿੰਟਾਂ ਦੇ ਵਿੱਚ ਮੇਰੇ ਵੀਰੋ ਚੱਕੇ ਜਾਮ ਹੋ ਚੁੱਕੇ ਨੇ ਪਈ ਹੋਈ ਰੇਡ ਤੇ ਲੱਗਿਆ ਹੋਇਆ ਜੱਫਾ ਇੱਕ ਪਾਸੇ ਰੱਜੀ ਵਾਲੇ ਵਾਲਿਆਂ ਨੇ ਇਹ ਸ਼ਾਨਦਾਰ ਜੱਫਾ ਲਾ ਕੇ ਇੱਕ ਟੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਲਾ ਵੀ ਦਵਿੰਦਰਾ ਅਗਲੀ ਕਬੱਡੀ ਨਿੱਕਾ ਰੱਜੀ ਵਾਲ ਪਿੰਡ ਵਾਲਾ ਲਓ ਕਹਿੰਦੇ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਨਿੱਕਾ ਰਾਜੀਵਾਲ ਪਿੰਡ ਦਾ ਇੱਕ ਅਨੀ ਦੇ ਉੱਪਰ ਕਹਿੰਦੇ ਵੀ ਗੋਰਾ ਯਾ ਸਪੋਰਟਸ ਕਬੱਡੀ ਕਲੱਬ ਕੈਲਗਰੀ ਦੇ ਲਈ ਕਹਿੰਦੇ ਵੀ ਕੈਨੇਡਾ ਦੀ ਧਰਤੀ ਤੇ ਖੇਡਿਆ ਔਰ ਕਹਿੰਦੇ ਵੀ ਸੁੱਖੇ ਫਰੈਜ਼ਰ ਵੱਲੀ ਉਹਦਾ ਨਾਂ ਚੱਲਦਾ ਕੈਨੇਡਾ ਦੇ ਵਿੱਚ ਆਹ ਕਹਿੰਦੇ ਵੀ ਘਾਲ ਕਲਾਂ ਦੀ ਧਰਤੀ ਦਾ ਨੌਜਵਾਨ ਸੋਨਾ ਇਸ ਵੇਲੇ ਔਰ ਦੂਸਰੇ ਪਾਸੇ ਕਹਿੰਦੇ ਵੀ ਨਿੱਕਾ ਇੱਕ ਪਾਸੇ ਨਿੱਕਾ ਇੱਕ ਪਾਸੇ ਸੋਨਾ ਤੇ ਪੁਆਇੰਟ ਨਿੱਕੇ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨ ਪਾ ਅਗਲੀ ਕਬੱਡੀ ਇੱਕ ਰੇਡਰ ਮੈਂ ਸੰਦੀਪ ਵੇਖਿਆ ਚੜ੍ਹਦੇ ਦਿਨ ਦੇ ਪਹਿਲੜੇ ਪੈਰ ਵਰਗਾ ਉਹਦਾ ਜਾਫੀਆਂ ਉੱਤੇ ਅਟੈਕ ਹੁੰਦਾ 12 ਬੋਰ ਦੇ ਬੰਦੂਕ ਦੀ ਫੈਰ ਵਰਗਾ ਮਹਿਮਦ ਵਾਲੀਆ ਸੁਰਖਪੁਰੀਆ ਕਹਾਵਦਾ ਏ ਗੱਭਰੂ ਚੜ੍ਹਦੇ ਦਰਿਆ ਦੀ ਹੈ ਲਹਿਰ ਵਰਗਾ ਉਹਦਾ ਵਾਪਸ ਹੰਦਿਆਂ ਵੱਲੋਂ ਆਉਣਾ ਇੰਜ ਹੁੰਦਾ ਜਿਵੇਂ ਕਿਸੇ ਅਫਸਰ ਦੀ ਸ਼ਾਮ ਨੂੰ ਸੈਰ ਵਰਗਾ ਕਿਸੇ ਅਫਸਰ ਦੀ ਸ਼ਾਮ ਨੂੰ ਸੈਰ ਵਰਗਾ ਲਓ ਕਹਿੰਦੇ ਉਸੇ ਦਾ ਸਿਰਨਾਵੀ ਖਿਡਾਰੀ ਕਹਿੰਦੇ ਸੰਦੀਪ ਸਿੰਘ ਦੋਦਾ ਪਿੰਡ ਹੈ ਮੁਕਤਸਰ ਦਾ ਏਰੀਆ 40 ਮੁਕਤਿਆਂ ਦੀ ਧਰਤੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚ ਫਿਰ ਵਧਿਆ ਹੋਇਆ ਸਾਹਮਣੇ ਚੜਿਕ ਦੀ ਧਰਤੀ ਹੈ ਕਹਿੰਦੇ ਵੀ ਕਬੱਡੀ ਦੇ ਖਿਡਾਰੀਆਂ ਦਾ ਪਿੰਡ ਹੈ ਕਬੱਡੀ ਦੇ ਪ੍ਰਮੋਟਰਾਂ ਦਾ ਪਿੰਡ ਹੈ ਲਓ ਸਾਹਮਣੇ ਨੌਜਵਾਨ ਬਹੁਤ ਸੋਹਣਾ ਪੁਆਇੰਟ ਲੈ ਕੇ ਵਾਪਸ ਦਿਆਲਪੁਰੇ ਵਾਲਾ ਦੇਵ ਮਾਰਦਾ ਹੋਇਆ ਸੁਰਤਾਲ ਦੇ ਵਿੱਚ ਵਿਸਲ
चल भी नौजवान अगली कबड्डी पा फिर खेड मैदान संदीप अगली कबड्डी पाउण दे लई फिर खेड मैदान वाधा होया कि कौड़ी खेड दे नौजवान देखो पंजाबी विरसे दी इहने शान गबरू सुभाव विच निम्रता हिक्का विच जोर डाडा मेरे सोहणे पंजाब दी ने शान गबरू मेरे सोहणे पंजाब दी ने शान गबरू संदीप दी पाई होई कबड्डी और कहिंदा जदों मैं इस नौजवान नूं पुछिआ कि तेरा चहेता खिडारी किहड़ा इस नौजवान ने संदीप नंगलांबिया दा नाम लिया ग्लैडिएटर दा नाम लिया कहिंदा वी मेरा जिहड़ा चहेता खिडारी है संदीप नंगलांबिया पिंड दा है नौजवान संदीप दोधे पिंड वाला बहुत सोहना पॉइंट लेके वापस अगली गल लाड़ी सामने दिक्के दी पई हुई कबड्डी है उधर भोला बब्बू ते राणा हांगकांग दे विच बैठे ने नाल लंगे वालियां अवतार बराड़ बैठा मेरे वीरो मैच लाइव कर रहे ने सामने पैंदी हुई कबड्डी निक्के दी है कहिंदे ने हैप्पी ते प्रदीप जे बाहां सड़ियां अवतार बराड़ जे ने मेरे वीरो बाहां सजना नहीं रिसा सोना मेरे वीरो हसदे हसाउंदे ने जिहड़ी एक कोशिश कीती है कहिंदे ने भी बहुत ही शानदार पॉइंट जिहड़ा निक्के दे हिस्से दे विच जुड़िया है अगली कबड्डी पा भी गोल्डी अज कबड्डी 365.com दे जरिए कहिंदे ने भी पूरे वर्ल्ड दे विच ये जिहड़ा खेड मेला लाइव देखिया जा रहा है वधाई है साडे हैप्पी वीर नूं वधाई है प्रदीप टहने नूं जिन्होंने कार्ड कढ़ी मेरे वीरे अजकल भावे लखां वैबसाइटां आ गईआं ने पर जिहड़ी कबड्डी 365 दी गल वखरी लावी इह सचैन चैणा रज्जीवाल पिंड दा चैणे दे नाम नाल जाणिआ जांदा ए बल्ले 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 बाटी वधिया पॉइंट मेरे वीरे तैनू हिक दे जोर ते लै जाणा नहीं गल छड्डणी नहीं नसीबां ते लावी सामने इस वक्त कहिंदे ने वी बूटे ने मेरे वीरे फिर कबड्डी पा दित्ती है कबड्डी ओपन दे विच मल्ला मारन वाले खिडारी अज बल्ले बल्ले करदे ने पर उधर कहिंदे ने वी देव दयालपुरे वाला दसदा वी इह डबल टच दा पॉइंट है गुड जजमेंट रैफरी दा फैसला अटल मन्निया जावेगा लाए वी दविंदर चड़िक वालिया संदीप लाल जी दसी भी दविंदर किन्ने किन्ने अंक ने इस मैच दे विचों चड़िक दे पॉइंट ने 8.5 और रज्जीवाल दे पॉइंट ने 10 इस मैच दे विचों रज्जीवाल दी पॉइंट जेतू है और 1.5 पॉइंट दे उपर जिहड़ी रज्जीवाल दी टीम जेतू है इस मैच दे विचों दर्शक वीरो मैच दा स्वाद है ताड़ी मार दे इक वारी जोरदार वाह जी वाह अज मुबारकबाद है साडे बैठ पहुंचे हुए दर्शकों नूं देखो मेरे वीरो टूरनामेंट भावा मेरे वीरो 5-5 किलोमीटर से हो ही जाते हैं पर दर्शक वीर जिथे भी टूरनामेंट होंदा है कई ऐसे आशक ने जिथे मर्जी वेख लो उत्थे ही होंदे है ये मेरे वीरो असी सारे दर्शक वीर का विशेष तौर पर धन्यवाद करते हैं कली वाले वीर नूं बेनती है भी ढेरिया के उपर कली पा देवे कली वाला वीर जिहड़ियां मेन ढेरिया है ਉਹਨਾਂ ਦੇ ਜਿਹੜੀ ਉਰਲੇ ਪਾਸੇ ਢੇਰੀ ਹੈ ਥੋੜੀ ਜਿਹੀ ਫਿੱਕੀ ਪੈ ਗਈ ਮੱਧਮ ਪੈ ਗਈ ਹੈ ਉਹ ਕਲੀ ਪਾ ਦੇਵੇ ਮੇਰਾ ਵੀਰ ਗੁਰਮੁਖ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਕਿਰਪਾ ਕਰਕੇ ਘਰੇ ਪਹੁੰਚ ਜਾਵੇ ਗੁਰਮੁਖ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਕਿਰਪਾ ਕਰਕੇ ਘਰੇ ਪਹੁੰਚ ਲਓ ਜੀ ਇੱਕ ਪਾਸੇ ਕਹਿੰਦੇ ਨੇ ਵੀ ਵਾਲਾ ਚੈਨ ਸਿੰਘ ਵਾਲੇ ਗੁਰਦਾਸ ਵਰਗੇ ਸੱਜਣ ਪਹੁੰਚ ਚੁੱਕੇ ਨੇ और दूजे पासे कहते ने भी सरावां दी टीम है इधर लाओ जी दोनों टीमां ने आपो अपने पासे जिहड़े वंडले ने सोहना मुकाबला होवेगा यह जिहड़ा मुकाबला तुहाडे सामने होण जा रहा है लाओ जी ਬੀਰੀ ਬੰਬ ਈਸੇ ਵਾਲੇ ਪੁੱਛੀ ਕਿਹੜੀ ਸਾਈਡ ਹੈ ਲਾਦੀ ਈਸੇ ਵਾਲੀ ਆ ਵਾਹ ਇਧਰ ਕਹਿੰਦੇ ਨੇ ਵੀ ਕਾਰੇ ਗਿਆਨੀ ਦੀ ਤਰ੍ਹਾਂ ਇਸ ਵਕਤ ਈਸੇ ਵਾਲਾ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਹੈ ਕਹਿੰਦੇ ਨੇ ਵੀ ਗੁਹਾਰ ਦੇ ਲਾਗੇ ਮੁੱਲਾਪੁਰ ਦੇ ਤੇ ਲੁਧਿਆਣੇ ਦੇ ਸੰਨ ਚ ਪਿੰਡ ਪੈਂਦਾ ਮੇਰੇ ਵੀਰੋ ਈਸੇ ਵਾਲਾ
ਜਿੱਥੇ ਹਰ ਸਾਲ ਜਿਹੜਾ ਖੇਡ ਮੇਲਾ ਕਰਵਾਇਆ ਜਾਂਦਾ ਹੈ ਔਰ ਵਿਰੋਧੀ ਟੀਮ ਹੈ ਜਿਹੜੀ ਮੰਨੀਆਂ ਖੁਰਦ ਦੀ ਮੇਰੇ ਵੀਰਿਓ ਇਸ ਵਕਤ ਤੁਹਾਡੇ ਸਾਹਮਣੇ ਇਹ ਮੁਕਾਬਲਾ ਜਿਹੜਾ ਸ਼ੁਰੂ ਹੋਇਆ ਹੈ ਮੰਨੀਆਂ ਖੁਰਦ ਦੀ ਜਿਹੜੀ ਟੀਮ ਹੈ ਇਹ ਟੀਮ ਜਾਵੜੀ ਹੈ ਮੇਰੇ ਵੀਰੋ ਇੱਧਰ ਖੇਤਾਂ ਵਾਲੀ ਸਾਈਡ ਸ਼ਿਪ ਦੇ ਪਾਸੇ ਔਰ ਪਿੰਡ ਵਾਲੇ ਪਾਸੇ ਜਿਹੜੀ ਟੀਮ ਹੈ ਇਹ ਈਸੇਵਾਲ ਦੀ ਟੀਮ ਹੈ ਤੇ ਸਾਹਮਣੇ ਪਈ ਹੋਈ ਕਬੱਡੀ ਮੇਰੇ ਵੀਰੋ ਦੋਨਾਂ ਟੀਮਾਂ ਦੇ ਦਰਮਿਆਨ ਇਹ ਮੁਕਾਬਲਾ ਸ਼ੁਰੂ ਹੋ ਚੁੱਕਾ ਹੈ ਪੈਂਦੇ ਦਿਸਣ ਪਟਾਕੇ ਜਦੋਂ ਜਵਾਨੀ ਆਉਂਦੀ ਹੈ ਇਹ ਗੱਲ ਜਵਾਨੀ ਦੀ ਹੈ ਲਾ ਵੀ ਹਿੱਸੇ ਵਾਲੀ ਆ ਬੱਬੂ ਅੱਜ ਜੱਫੇ ਦੀ ਗੱਲ ਪਰ ਪੁਆਇੰਟ ਜਿਹੜਾ ਇਸ ਵਕਤ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਮਿੱਤਰੋ ਖਿਡਾਰੀ ਦਾ ਵਜ਼ਨ ਭਾਵੇਂ 65 ਕਿਲੋ ਹੋਵੇਗਾ ਪਰ ਹੌਸਲਾ ਬੜੀ ਵੱਡੀ ਚੀਜ਼ ਹੈ ਸਾਹਮਣੇ ਆਪਣੇ ਵਿਰੋਧੀਆਂ ਨੂੰ ਵਿਗਾੜਦਾ ਤੇ ਲਲਕਾਰਦਾ ਹੋਇਆ ਕਬੱਡੀ ਪਾਉਂਦਾ ਹੋਇਆ ਕਹਿੰਦੇ ਜਦੋਂ ਰੁਪਈਏ ਵਾਲਾ ਪਟਾਕਾ ਚੱਲਦਾ ਫਿਰ ਧਾੜ ਧਾੜ ਹੁੰਦੀ ਹੈ ਇੱਧਰ ਮੇਰੇ ਵੀ ਉਹ ਜੱਫਾ ਲੱਗ ਚੁੱਕਾ ਹੈ ਵੇਖਣੇ ਵੀ ਪੁਆਇੰਟ ਇਹ 30 ਸਕਿੰਟਾਂ ਦੇ ਵਿੱਚ ਕਿਹੜੇ ਜਾਫੀ ਦੇ ਜਾਂ ਰੇਡਰ ਦੇ ਹਿੱਸੇ ਦੇ ਵਿੱਚ ਜੁੜੇਗਾ ਅੰਕ ਅੰਕ ਦੇ ਰੌਲੇ ਦੋਨਾਂ ਟੀਮਾਂ ਦੇ ਦਰਮਿਆਨ ਹੈ ਲਓ ਮੇਰੇ ਵੀਰੋ ਆਹ ਨੌਜਵਾਨ ਦਾ ਨਾਮ ਕਹਿੰਦੇ ਵੀ ਅੰਗਰੇਜ਼ ਹੈ ਔਰ ਕਹਿੰਦੇ ਵਰਲਡ ਕਬੱਡੀ ਲੀਗ ਦੇ ਵਿੱਚ ਯੋ ਹਨੀ ਸਿੰਘ ਦੀ ਟੀਮ ਦੇ ਵੱਲੋਂ ਯੋ ਟਾਈਗਰ ਦੇ ਵੱਲੋਂ ਖੇਡਿਆ ਨੌਜਵਾਨ ਅੰਗਰੇਜ਼ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਬਹੁਤ ਸੋਹਣਾ ਪੁਆਇੰਟ ਲੈ ਕੇ ਵਾਪਸ ਨੌਜਵਾਨ ਅੰਗਰੇਜ਼ ਚੱਲ ਵੀ ਨੌਜਵਾਨ ਅਗਲੀ ਕਬੱਡੀ ਪਾ ਫਿਰ ਖੇਡ ਮੈਦਾਨ ਦੇ ਵਿੱਚ ਨੈਟ ਦੀ ਜਿਹੜੀ ਅਗਲੀ ਵਾਰ ਨੂੰ ਕਹਿੰਦੇ ਫ੍ਰੀ ਸੇਵਾ ਸਾਡੇ ਵੀਰ ਜਗਜੀਤ ਸਿੰਘ ਜੀ ਹਾਂਗਕਾਂਗ ਜਾਂਟਾ ਹਾਂਗਕਾਂਗ ਇਕਬਾਲ ਨੰਬਰਦਾਰ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਧੰਨਵਾਦ ਕਰਦੇ ਹਾਂ ਔਰ ਸਾਡੇ ਵੀਰ ਭੋਲਾ ਰਾਣਾ ਬੱਬੂ ਹਾਂਗਕਾਂਗ ਉਹਨਾਂ ਦੇ ਵੱਲੋਂ ਵੀ 31,000 ਦੀ ਮਾਇਕ ਸਹਾਇਤਾ ਜਿਹੜੀ ਅਗਲੇ ਸਾਲ ਸਾਡੇ ਖੇਡ ਮੇਲੇ ਲਈ ਦਿੱਤੀ ਜਾਣੀ ਹੈ ਧੰਨਵਾਦ ਕਰਦੇ ਹਾਂ ਔਰ ਜਗਤਾਰ ਸਿੰਘ ਜੀ ਚੇਅਰਮੈਨ ਸੰਦੀਪ ਕਾਲਾ ਔਰ ਸਿਮਰਾ ਕੈਨੇਡਾ ਉਹਨਾਂ ਦੇ ਵੱਲੋਂ 51,000 ਦੀ ਮਾਇਕ ਸਹਾਇਤਾ ਜਿਹੜੀ ਸਾਡੇ ਖੇਡ ਮੇਲੇ ਦੀ ਦਿੱਤੀ ਜਾਵੇਗੀ ਧੰਨਵਾਦ ਕਰਦੇ ਹਾਂ ਔਰ ਲਓ ਅਗਲੀ ਕਬੱਡੀ ਪਾਉਣ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚ ਔਰ ਕਰੇਗਾ ਸੁੱਖਾ ਲਓ ਜੀ ਸਾਹਮਣੇ ਜਿੱਥੇ ਕਬੱਡੀ ਦੀ ਗੱਲ ਹੈ ਉੱਥੇ ਨਾਲ ਹੀ ਜਿਹੜੇ ਸਾਡੀ ਮੇਨ ਸਟੇਜ ਦੇ ਸਾਹਮਣੇ ਸਾਡੇ ਦਰਸ਼ਕ ਵੀਰ ਖੜੇ ਨੇ ਨਾ ਉਹਨਾਂ ਨੂੰ ਰਿਕੁਐਸਟ ਹੈ ਕਿ ਬੈਠ ਜਾਓ ਇੱਥੇ ਨੇੜੇ ਤੇੜੇ ਕੁਰਸੀਆਂ ਲੱਗੀਆਂ ਨੇ ਕਿਉਂਕਿ ਜਿਹੜੇ ਮੇਨ ਸਾਡੇ VIP ਰਿਸਪੈਕਟਡ ਚਿਹਰੇ ਨੇ ਉਹਨਾਂ ਨੂੰ ਜਿਹੜਾ ਇਹ ਮੈਚ ਦੇਖਣ ਦੇ ਵਿੱਚ ਦਿੱਕਤ ਆਉਂਦੀ ਹੈ ਕਿਰਪਾ ਕਰਕੇ ਜਿਹੜੇ ਸਾਡੇ VIP ਸਟੇਜ ਦੇ ਮੂਹਰੇ ਦਰਸ਼ਕ ਵੀਰ ਖੜੇ ਨੇ ਨਾ ਉਹਨਾਂ ਨੂੰ ਬੇਨਤੀ ਆ ਵੀ ਕਿਰਪਾ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਬੈਠਣ ਦੀ ਕਿਰਪਾਲਤਾ ਕਰਨ ਉਧਰ ਪਈ ਹੋਈ ਕਬੱਡੀ ਦੀ ਗੱਲ ਇੱਧਰ ਨਿੱਕਾ ਮੇਰੇ ਵੀਰੋ ਮੁੱਲਾਪੁਰ ਪਿੰਡ ਤੋਂ ਪਹੁੰਚਿਆ ਹੈ ਕਹਿੰਦਾ ਨੇ ਵੀ ਮੇਰੇ 5 ਭੈਣਾਂ ਮਾਤਾ ਪਿਤਾ ਸਿਰ ਤੇ ਨਹੀਂ ਰੋਟੀ ਰੋਜੀ ਮੇਲਿਆਂ ਤੋਂ ਚੱਲਦੀ ਹੈ ਵੱਧ ਤੋਂ ਵੱਧ ਮੇਰੇ ਵੀਰੋ ਮਾਣ ਕਰੋ ਇਸ ਨੌਜਵਾਨ ਦਾ ਇਹਨੇ ਟਰੈਕ ਦੇ ਜਿਹੜੇ ਚੱਕਰ ਲਾਉਣੇ ਨੇ ਲਾ ਵੀ ਸੰਦੀਪ ਸਿੰਘ ਤੈਨੂੰ ਵੀ ਮੁਬਾਰਕਬਾਦ ਹੈ ਇਸ ਨਗਰ ਵੱਲੋਂ ਇੱਧਰ ਸਾਡਾ ਵੀਰ ਗੁਰੀ ਵੀ ਹਾਂਗਕਾਂਗ ਦੇ ਵਿੱਚ ਗੇੜਾ ਕੱਢਿਆ ਹੈ ਇੱਧਰ ਕਹਿੰਦੇ ਨੇ ਵੀ ਰਾਏ ਸਰੀਏ ਨਿੱਕੇ ਤਰ੍ਹਾਂ ਮਹਾਂਦਰਾ ਪੈਂਦਾ ਕੱਦ ਭਾਵੇਂ ਥੋੜਾ ਜਿਹਾ ਵੱਡਾ ਬਾਈ ਗੁਰਲਾਲ ਮਾਣੂਕੇ ਵਾਲਿਆ ਗੁੰਦਮਾ ਸਰੀਰ ਹੈ ਕਹਿੰਦੇ ਨੇ ਯੋ ਟੀਮ ਦੇ ਵੱਲੋਂ ਖੇਡਣ ਵਾਲਾ ਟਾਪ ਦਾ ਖਿਡਾਰੀ ਪਰ ਬਗਾਨੇ ਪੁੱਤ ਲੈਂਦੇ ਨੇ ਢਾ ਮਿੱਤਰਾ ਜਦੋਂ ਪੈਂਦਾ ਇਹ ਗਰਾਊਂਡਾਂ ਵਿੱਚ ਵਾਹ ਮਿੱਤਰਾ ਇੱਧਰ ਕਹਿੰਦੇ ਨੇ ਵੀ ਸਿੰਘ ਚ ਕਿੰਗ ਇਸ ਵਕਤ ਕਬੱਡੀ ਪਾਉਣ ਦੇ ਲਈ ਅੱਗੇ ਵਾਧਾ ਹੋਇਆ ਜਦੋਂ ਕਿਤੇ ਆਈ ਅੱਗੇ ਆਊ ਤੇਰਾ ਖਾਲਸਾ ਲੱਖਾਂ ਚੋਂ ਪਹਿਚਾਣਿਆ ਜਾਊ ਤੇਰਾ ਖਾਲਸਾ ਉਧਰ ਮੇਰੇ ਵੀਰੋ ਆਟਾ ਮੱਲੀ ਤੇ ਪੰਮਾ ਝੰਡਿਆ ਨਾ ਸਾਡਾ ਵੀਰ 100 ਰੁਪਈਆ ਬੋਲਣ ਤੋਂ ਖੁਸ਼ ਹੋ ਕੇ ਹੋਰ ਪਹੁੰਚਦਾ ਕਰ ਗਏ ਨੇ ਨਿੰਮਾ USA ਚੋਂ ਝਗੜੇ ਕੇ ਪਰਿਵਾਰ ਚੋਂ ਨਿੰਮਾ USA ਸਾਡਾ ਵੀਰ ਉਹਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਜਗਦੇਵ ਕੈਨੇਡਾ ਰਾਮੂ ਵਾਲਾ ਪਿੰਡ ਹੈ ਹਰਜੀਤ ਤਲਵਾਰ ਕਲੱਬ ਐਮ ਸਪੋਰਟ ਵਿਸ਼ੇਸ਼ ਤੌਰ ਤੇ ਪਹੁੰਚਿਆ ਧੰਨਵਾਦ ਸਾਡੇ ਕੈਮਰਾਮੈਨ ਵੀਰ ਜੇ ਕਬੱਡੀ 365.com ਤੋਂ ਬਿਨਾਂ ਜੇ ਕੋਈ ਕੈਮਰਾ ਤਾਂ ਵੱਖਰੀ ਗੱਲ ਹੈ ਨਹੀਂ ਮੈਂ ਬੇਨਤੀ ਕਰਾਂਗਾ ਟਹਿਣੇ ਵੀਰ ਨੂੰ ਕਿ ਆ ਸਾਡਾ ਵੀਰ ਗੁਰਸੇਵਕ ਮਾਣੂਕੇ ਵਾਲਾ ਵਾਹ ਸੱਜਣਾ ਕੈਮਰਾਮੈਨ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਨਾਲ ਦੀ ਉੱਧਰ ਸਾਡੇ ਦਾਨੀ ਸੱਜਣ ਸਾਰਿਆਂ ਦਾ ਅਸੀਂ ਕਰਦੇ ਹਾਂ ਮੇਰੇ ਵੀਰੋ ਸਾਹਮਣੇ ਪਈ ਹੋਈ ਕਬੱਡੀ ਉੱਧਰ ਬਿੱਲੇ ਚੜਿਕ ਵਰਗੇ ਸਾਡੇ ਮੇਰੇ ਵੀਰੋ ਗੁਰਮੇਲ 20 ਸਾਲਾਂ ਵਰਗੇ ਖਿਡਾਰੀ ਨਾਲ ਕਹਿੰਦੇ ਵੀ ਮੱਖਣ ਚੜਿਕ ਵਰਗੇ ਸੁੱਖੇ ਵਰਗੇ ਪੁਰਾਣੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਬੱਲੇ ਬੱਲੇ ਕਰਵਾਈ ਹੈ ਸਾਹਮਣੇ ਆ ਗਈ ਜਾਨ ਸਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ ਰਾਮ ਨੂੰ ਕਹੇ ਸ਼ਾਮ ਹਮਦ ਜੇ ਹੁਣ ਰਵੇ ਤਾਂ ਮੰਨਾ ਬਹੁਤ ਹੀ ਸ਼ਾਨਦਾਰ ਜੱਫਾ ਆਪਣੀ ਟੀਮ ਦੇ ਹਿੱਸੇ ਲਾ ਦਿੱਤਾ ਲਾ ਵੀ ਦਵਿੰਦਰ ਸਿੰਘ ਕਰੀਖਾਂ ਗੱਲ ਇਸ ਨੌਜਵਾਨ ਦੀ
लो कहते भी सामने नौजवान अंग्रेज इस वे खेड मैदान कबड्डी पाने लई वाधा होया अंग्रेज की पाई हुई कबड्डी और दूसरे पास कहते भी जाफी भी एन बल्ले बल्ले करवाउण वाली गल करता होया एक पासे अंग्रेज है और दूसरे पासे कहते भी एन तगड़ा जफा ला के नौजवान बल्ले बल्ले करवाउंदा है और इस जिहड़ी ग्राउंड दी मेरे वीरों नी स्वर्गीय सरपंच सेवक सिंह जी उन्हां दे वल्लों रखी गई सी और कहिंदे स्टेडियम जिहड़ा मंजूर करवाया गया सी ਉਹ ਮੈਨੂੰ ਪਤਾ ਨਹੀਂ ਵੀ ਕਿਸੇ ਗੱਲ ਕਰਕੇ ਬਣ ਨਹੀਂ ਸਕਿਆ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਔਰ ਜਿਹੜਾ ਇਸ ਖੇਡ ਸਟੇਡੀਅਮ ਦੇ ਵਿੱਚ ਟੂਰਨਾਮੈਂਟ ਜਿਹੜਾ ਹੋਣ ਲੱਗਿਆ ਔਰ ਜਗਤਾਰ ਸਿੰਘ ਜੀ ਚੇਅਰਮੈਨ ਉਹਨਾਂ ਦੇ ਵੱਲੋਂ ਜਿਹੜੀ 51,000 ਕੈਨੇਡਾ ਔਰ ਸੰਦੀਪ ਸਿੰਘ ਜੀ ਕਾਲਾ ਉਹਨਾਂ ਦੇ ਵੱਲੋਂ 51,000 ਦੀ ਮਾਇਕ ਸਹਾਇਤਾ ਜਿਹੜੀ ਇਸ ਖੇਡ ਮੇਲੇ ਦੀ ਭੇਜੀ ਗਈ ਧੰਨਵਾਦ ਕਰਦੇ ਹਾਂ लाओ जी मलिया खुरद की टीम जी इस मैच दे विचो विनर रही है। अगला मैच मेरे वीरों देखने योग होगा जिथे कहते ने भी सरावां वाले सुखवीर दियां कबड्डियां देखनी है उत्थे वैरू के पिंड वाला मेरे वीरों काला साडा वीर विशेष तौर पर पहुंच चुका है अमना सरावां वाला पहुंच चुका है। कहते ने भी जे मैं गल करा भी सनेरा वाले साडे वीर सोने वर्गे गाभे वर्गे यह भी विशेष तौर पर पहुंच चुके ने चोटी की टीम है मेरे वीरो और चोटी का मुकाबला होगा वाड़ा चैन सिंह वाले दे पुत बन के खेडना जिन्हां नौजवानों ने और दूजे पासे कहते ने भी सरावां पिंड की टीम भी कहते ने भी माड़ी वाला गुरजीत वाह सजना कहते ने भी सिकंदर ते गुरजीत इस सीजन के एहो जे बड़े दिन आए ने कहते ने भी मोटरसाइकिल इक्के पिंड नूं जांदे वेखे ने टॉप दे खिडारी ने मेरे वीरो साडे इस चड़िक दे खेड मेले ते यह सारी कृपा शहीद बाबा खुशहाल सिंह जी क्लब दी है और महापुरशां दी है शहीद बाबा खुशहाल सिंह जी जिन्हां दी अपार कृपा सदका उन्हां दे नाम ते बनी हुई है क्लब है कमेटी है सारे वधाई दे पात्र ने समा मंगदे ने जी साडे प्रबंधक वीर पॉइंट पॉइंट किन्ने देईए जी लाओ जी प्रबंधक कमेटी का हुक्म है जो तुसी जिमें खिडारी खुश ने बिल्लिया उस तरह खुश रख वो लोग लाइटा रात को चलाते असी दिने ही चलातियां हाँ जी 10:30 ते 11 जी लाओ जी पहली कबड्डी कहिंदे ने भी वाड़ा चैन सिंह वाले की तरफों सोने ने कबड्डी पा दिती है कहिंदे सनेर पिंड है बाबे के क्लब सनेर के नाम से जब शेरे हुणा ना खेडदा है आ खिडारी कहिंदे ने भी माड़ी पिंड वाला गुरजीत है मेरे वीरों सरावां का पुत बन के खेडदा है लाए भी दविंदर सिंह आ नौजवान की करीखा सिफत सरावां वाला सुखवीर कबड्डी पाउंदा होया कहिंदे भी जदों पहला वर्ल्ड कबड्डी कप होया उत्थे कहिंदे भी आ नौजवान ने कप्तानी कीती है और कहिंदे भी हासा सरेडा कढ़दा है सुखबीर सरावां दा कोई लेखा नहीं पिथों वाले चार भरावां दा हासा सरेडा कढ़दा है सुखबीर सरावां दा बहुत सोहना पॉइंट लेके वापस लो अगली कबड्डी पाउण लई नौजवान खेड मैदान दे विच के सिर भिड़वे मुकाबले होणगे हुण मैच फसमा है टीमां विचकार देखो रेड जाफियां नूं शायद हुण पाउ पाउणी कौन लैंदा है बाजी हुण मार देखो नजारा तकण लई रोके होए ने सा लोकां होए बैठे ने गोडियां भार देखो टक्कर बराबर दी बिणग है दोई पासी एक जफे नाल होनी जित हार देखो एक जफे नाल होनी जित हार देखो लो अगली कबड्डी पाउण लई नौजवान खेड मैदान दे विच वधा होया और गल करेगा सुखा लाओ जी खालसा मेरी जान की जान है कहंदे ने भी वैरू के पिंड जिथों दे कहंदे ने भी कितने नंदी वर्गियां दीआं गल्लां होईआं है उस धरती का जंपल मेरे वीरियो सामने काला नाओ है सजाफी का कहते ने भी जिन्हें सुखबीर की लत नू हथ पाया सी उन्हें काला ढालिया कहते पर नहीं हो रही वाह सजना कहते ने जब किस्मत देवे साथ ते आपे जफा लग जाता इधर मेरे वीरियो सोना कबड्डी पाउण दे लई अगे वाधा होया खेड दा कबड्डी देखो पुत जट दा मेरे वीरों कबड्डी पाउंदा होया सोना सेवक वड खाणा मेरे वीरों टॉप दा जाफी है इह सोने दी पई होई कबड्डी खेड दा कबड्डी देखो पुत जट दा हथ ला के आउंदा यार धूड़ा पटदा वाह सजण इह इस वक्त कहिंदे ने भी सेवक वड खाणे वाले ने धक्का मार बाहर कढ दित्ता है ते पॉइंट
ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਲਾਈਵੀ ਮਿੱਤਰਾ ਅਮਨਿਆ ਅੱਜ ਪਤਾ ਲੱਗੇਗਾ ਖਾਤੀ ਖੁਰਾਕ ਦਾ ਚੰਗੇ ਮੁੱਲ ਮਿਹਨਤਾਂ ਦਾ ਅੱਜ ਪਤਾ ਲੱਗੇਗਾ। ਚੜਿੱਕਦੀਆਂ ਗਰਾਊਂਡਾਂ ਤੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਦੀ ਧਰਤੀ ਪਾਵਨ ਪਵਿੱਤਰ ਧਰਤੀ ਚੜਿੱਕ ਦੀ ਧਰਤੀ ਜਿਹਨੇ ਅੱਜ ਤੱਕ ਖਿਡਾਰੀ ਅਨੇਕਾਂ ਪੈਦਾ ਕੀਤੇ ਨੇ। ਕਈ ਇੰਡੀਆ 'ਚ ਫਿਰਦੇ ਨੇ, ਕਈ ਵਿਦੇਸ਼ਾਂ 'ਚ ਉੱਠ ਗਏ ਨੇ। ਅੱਜ ਸਾਡੇ NRI ਵੀਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ। ਸਾਹਮਣੇ ਪਈ ਹੋਈ ਕਬੱਡੀ ਗੁਰਦਾਸ ਨਾਉ ਹੈ, ਕਬੱਡੀ 75 ਕਿਲੋ ਦਾ ਖਿਡਾਰੀ ਕਹਿ ਸਕਦੇ ਆ, ਕਬੱਡੀ ਪਾਉਣਾ ਹੋਇਆ। ਵਾਹ ਸੱਜਣਾ, ਇਹ ਗੁਰਜੀਤ ਮਾੜੀ ਪਿੰਡ ਵਾਲੇ ਦਾ ਤੇ ਸੇਵਕ ਵੱਡ ਖਾਣੇ ਦਾ ਇਹ ਡਬਲ ਜੱਫਾ ਤੇ ਪੁਆਇੰਟ ਰੇਡਰ ਦਾ ਲਾਇਵੀ ਸੁਖਬੀਰ ਕਬੱਡੀ ਪਾਉਣਾ ਹੋਇਆ। ਦਵਿੰਦਰ ਸਿੰਘ ਲਓ ਕਹਿੰਦੇ ਵੀ ਸੁਖਬੀਰ ਦੀ ਪਾਈ ਹੋਈ ਕਬੱਡੀ ਹੈ, ਔਰ ਦੂਸਰੇ ਪਾਸੇ ਕਹਿੰਦੇ ਵੀ ਜਾਫੀ। ਹੁਣ ਵੇਖਦੇ ਹਾਂ ਬੱਲੇ ਬੱਲੇ ਹੋਈ ਵੀ ਖੇਡ ਮੈਦਾਨ ਦੇ ਵਿੱਚ, ਕਦੀ ਸੱਜੇ ਕਦੀ ਖੱਬੇ। ਬਹੁਤ ਵਧੀਆ ਪੁਆਇੰਟ, ਸੁਖਬੀਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਰਾਵਾਂ ਪਿੰਡ ਵਾਲਾ ਸੁਖਬੀਰ ਕਹਿੰਦੇ ਤਾੜੀਆਂ ਜਦ ਵੀ ਵੱਜਦੀਆਂ ਨੇ ਪਤਾ ਲੱਗਦਾ ਮਨ ਨੂੰ ਲੱਗਿਆਂ ਦਾ। ਦੁਨੀਆਂ ਪੂਜਦੀ ਯੋਧਿਆਂ ਨੂੰ, ਕੋਈ ਨਾਮ ਨੀ ਲੈਂਦਾ ਭੱਜਿਆਂ ਦਾ, ਪੰਜੇ ਸ਼ੇਰਾਂ ਵਾਂਗਰਾਂ ਲੜਦੇ ਐ। ਅੱਜ ਵੇਖੋ ਚਮਕੂ ਕੌਣ ਸਿਤਾਰਾ, ਅੱਡੀ ਚੋਟੀ ਦਾ ਜ਼ੋਰ ਅੱਜ ਲੱਗੂਗਾ ਤੇ ਦੁਨੀਆਂ ਖੜ ਕੇ ਤੱਕੂ ਨਜ਼ਾਰਾ। ਅੱਡੀ ਚੋਟੀ ਦਾ ਜ਼ੋਰ ਅੱਜ ਲੱਗੂਗਾ, ਦੁਨੀਆਂ ਖੜ ਕੇ ਤੱਕੂ ਨਜ਼ਾਰਾ। ਉਧਲੇ ਪਾਸੇ ਕਹਿੰਦੇ ਵੀ ਸਿਕੰਦਰ ਦਾ ਵੀਰ ਹੈ, ਮਾੜੀ ਪਿੰਡ ਹੈ, ਗੁਰਜੀਤ ਨਾਮ ਹੈ, ਬਹੁਤ ਸੋਹਣਾ ਜੱਫਾ ਲਾ ਕੇ ਲੱਖਾਂ ਵਰਗੇ ਅੰਕ ਦਾ ਵਾਅਦਾ ਕਰਦਾ ਹੋਇਆ। ਔਰ ਸਾਡੇ ਵੀਰ ਭੋਲਾ ਰਾਣਾ, ਬਾਬੂ ਹਾਂਗਕਾਂਗ ਔਰ ਵਿੱਕੀ ਗੋਇਲ ਦੇ ਵੱਲੋਂ ਸੁਖਬੀਰ ਨੂੰ ਔਰ ਸਾਡੇ ਵੀਰ ਅਫੀਸ਼ੀਅਲ ਵੀਰਾਂ ਦੇ ਲਈ ਮਾਇਆ ਦੇ ਕਫੇ ਪੁੱਜਦੇ ਕੀਤੇ ਨੇ, ਧੰਨਵਾਦ ਕਰਦੇ ਹਾਂ। ਸਾਡਾ ਵੀਰ ਪੋਲਾ ਹਾਂਗਕਾਂਗ, ਰਾਣਾ ਔਰ ਬੱਬੂ ਹਾਂਗਕਾਂਗ, ਅਗਲੀ ਵਾਰ ਕਹਿੰਦੇ ਵੀ 31,000 ਦੀ ਮਾਇਕ ਸਹਾਇਤਾ ਜਿਹੜੀ ਸਾਡੀ ਖੇਡ ਕਮੇਟੀ ਦੇ ਲਈ ਭੇਜਣਗੇ, ਧੰਨਵਾਦ ਕਰਦੇ ਹਾਂ। ਅਗਲੀ ਗੱਲ ਸੁੱਖਾ ਲਾਓ ਜੀ, ਸਾਡੇ ਪਤੀ ਅਜੀਤ ਤੋਂ ਸਾਡੇ ਸਤਿਕਾਰਯੋਗ ਸਰਪੰਚ ਬਖਸ਼ੀਸ਼ ਸਿੰਘ ਜੀ ਕਹਿੰਦੇ ਨੇ ਵੀ ਸੁਖਬੀਰ ਸਰਾਵਾਂ ਦੇ ਲਈ 100 ਰੁਪਏ ਦੇ ਮਾਣ ਨੇ ਮੇਰੇ ਵੀਰੋ ਪਹੁੰਚ ਗਏ ਨੇ। ਇੱਧਰ ਕਹਿੰਦੇ ਨੇ ਵੀ ਵੈਰੋ ਕੇ ਪਿੰਡ ਵਾਲੇ ਕਾਲੇ ਨੇ ਪਾਈ ਕਬੱਡੀ ਤੇ ਸਰਾਵਾਂ ਦੀ ਟੀਮ ਦੇ ਲਈ 1 ਅੰਕ ਦਾ ਵਾਧਾ ਕਰ ਦਿੱਤਾ। ਅਗਲੀ ਕਬੱਡੀ ਕਹਿੰਦੇ ਨੇ ਵੀ ਗੁਰਦਾਸ ਪਾਵੇਗਾ, ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ, ਬਿਨਾਂ ਗੱਲੋਂ ਕਰਨੀ ਲੜਾਈ ਮਾੜੀ ਏ, ਸਾਂਭ ਲੋ ਜਵਾਨੀ ਬੜੇ ਮਹਿੰਗੇ ਮੁੱਲ ਦੀ, ਮੱਲੀ ਇੰਦਰਾ ਨਸ਼ਿਆਂ ਚ ਉਮਰ ਗਵਾਈ ਮਾੜੀ ਏ, ਮੱਲੀ ਇੰਦਰਾ ਨਸ਼ਿਆਂ ਚ ਉਮਰ ਗਵਾਈ ਮਾੜੀ ਏ। ਇਹ ਕਹਿੰਦੇ ਨੇ ਵੀ ਨਸ਼ਿਆਂ ਤੋਂ ਰਾਹਤ ਜਵਾਨੀ ਜਿਹੜੀ ਅੱਜ ਇਹਨਾਂ ਗਰਾਊਂਡਾਂ ਦੇ ਵਿੱਚ ਬੱਲੇ ਬੱਲੇ ਕਰ ਰਹੀ ਹੈ। ਗੋਲ ਜੇ ਤੈਰੇ ਨੇ, 4 ਖਿਡਾਰੀ ਨੇ, ਕਾਲਾ ਗਾਬਾ, ਇੱਧਰ ਕਹਿੰਦੇ ਨੇ ਵੀ ਕਾਲੇ ਨਾਲ ਪੇਚਾ ਪੈ ਗਿਆ, ਪਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ। ਅੱਜ ਜਗਮੇਲ ਠੱਠੀ ਵਾਲਾ ਸਾਡਾ ਯਾਰਾਂ ਦਾ ਯਾਰ ਕਹਿੰਦੇ ਨੇ ਵੀ ਬੁਲਟ ਮੋਟਰਸਾਈਕਲ ਗੋਲਡੀ ਦੇ ਲਈ ਹੈ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ ਸਾਡੀ ਪ੍ਰਬੰਧਕ ਕਮੇਟੀ ਨੇ ਮੇਰੇ ਵੀਰੋ ਮੋਟਰਸਾਈਕਲ ਰੱਖੇ ਨੇ। ਸਾਹਮਣੇ ਪਾਉਂਦਾ ਹੋਇਆ ਕਬੱਡੀ ਗੁਰਦਾਸ ਹੈ, ਵੱਡ ਖਾਣਾ, ਕਹਿੰਦੇ ਨੇ ਵੀ ਸੇਵਕ ਚੁੰਬੜ ਗਿਆ। ਭਾਵੇਂ ਇੱਕ ਪਾਸੇ ਤਜਰਬਾ ਹੈ, ਇੱਕ ਪਾਸੇ ਜੋਸ਼ ਹੈ, ਉਧਰ ਬਲਜਿੰਦਰਾ ਮਾਣੂਕੇ ਵਾਲਾ ਕਹਿੰਦੇ ਨੇ ਵੀ ਬੜੀ ਤਕੜੀ ਕਬੱਡੀ ਖੇਡੀ ਇਹਨਾਂ ਵੀਰਾਂ ਨੇ। ਕੇਵਲ ਮਾਣੂਕੇ ਮੇਰੇ ਵੀਰੋ USA ਦੇ ਵਿੱਚ ਬੈਠਾ ਹੈ, ਉਧਰ ਖੇਡ ਪ੍ਰਮੋਟਰ ਕੈਨੇਡਾ ਦੇ ਵਿੱਚ ਬੈਠੇ ਨੇ। ਸੁਖਬੀਰ ਸਰਾਵਾਂ ਦੀ ਪਈ ਹੋਈ ਕਬੱਡੀ ਮੇਜਰ ਬਰਾੜ ਵਰਗੇ ਮਾਣ ਕਰਦੇ ਨੇ ਸੁਖਬੀਰ ਸਰਾਵਾਂ ਤੇ ਮੇਰੇ ਵੀਰੋ। ਸਾਹਮਣੇ ਸੋਨਾ ਮੇਰੇ ਵੀਰੋ ਫਿਰ ਕਬੱਡੀ ਪਾਉਣ ਦੀ ਗੱਲ ਕਰਦਾ ਹੋਇਆ ਗੁੰਦਵੇਂ ਸਰੀਰ ਦੇ ਵਿੱਚ ਲਾਇਆ ਵੀ ਦਵਿੰਦਰ ਚੜਿੱਕ ਵਾਲਿਆ। ਸਾਹਮਣੇ ਪਈ ਹੋਈ ਕਬੱਡੀ ਸੋਨੇ ਦੀ ਹੈ ਤੇ ਵੇਖਣਾ ਵੀ ਕੌਣ ਜੱਫਾ ਲਾਵੇਗਾ। ਲੋਕ ਕਹਿੰਦੇ ਵੀ ਸੋਨੇ ਦੀ ਪਾਈ ਹੋਈ ਕਬੱਡੀ ਹੈ, ਉਧਰਲੇ ਪਾਸੇ ਕਹਿੰਦੇ ਵੀ ਨੌਜਵਾਨ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਸਰਾਵਾਂ ਦੀ ਧਰਤੀ ਦਾ, ਉਧਰਲੇ ਪਾਸੇ ਕਹਿੰਦੇ ਵੀ ਸੋਨਾ, ਉਧਰਲੇ ਪਾਸੇ ਸਰਾਵਾਂ ਵਾਲਾ ਡੱਕਣ ਦੀ ਅਸਫਲ ਕੋਸ਼ਿਸ਼ ਕਰਦਾ ਹੋਇਆ ਸਾਡੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬੇਲਾ ਚੜਿੱਕ ਜੀ। ਸੁਖਬੀਰ ਸਰਾਵਾਂ ਦੇ ਲਈ ਮਾਇਆ ਦੇ ਗੱਫੇ ਪੁੱਜਦੇ ਕਰਦੇ ਨੇ, ਧੰਨਵਾਦ ਕਰਦੇ ਹਾਂ। ਮੈਂ ਆਪਣਾ ਵੱਲੋਂ ਵੀ ਧੰਨਵਾਦ ਕਰਦਾ ਸਾਡੇ ਬੇਲਾ ਚੜਿੱਕ ਜੀ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਬੀਰ ਸਰਾਵਾਂ ਦੇ ਲਈ ਮਾਇਆ ਦੇ ਗੱਫੇ ਪੁੱਜਦੇ ਕਰਦੇ ਨੇ। ਔਰ ਸਾਡੇ ਵੀਰ ਭੋਲਾ ਰਾਣਾ ਔਰ ਬੱਬੂ ਹਾਂਗਕਾਂਗ ਔਰ ਵਿੱਕੀ ਗੋਇਲ ਜੀ ਔਰ ਅਫੀਸ਼ੀਅਲ ਵੀਰਾਂ ਦੇ ਲਈ ਮਾਇਆ ਦੇ ਗੱਫੇ ਪੁੱਜਦੇ ਕੀਤੇ ਨੇ। ਲਓ ਸਾਹਮਣੇ ਕਹਿੰਦੇ ਵੀ ਵੈਰੋ ਕੇ ਪਿੰਡ ਹੈ, ਜਿੱਥੋਂ ਤੱਕ ਕਹਿੰਦੇ ਵੀ ਸਾਧੂ ਸਿੰਘ ਜੀ ਬਰਾੜ ਪਿੰਡ ਮੇਰੇ ਵੀਰੇ ਵੈਰੋ ਕੇ ਹੈ, ਪਰ ਪੱਤੋ ਦੇ ਨਾਮ ਦੇ ਨਾਲ ਮਸ਼ਹੂਰ ਹੋਏ ਨੇ। ਲਓ ਸਾਹਮਣੇ ਕਹਿੰਦੀ ਪਾਈ ਹੋਈ ਕਬੱਡੀ ਹੈ, ਸਿੱਖ ਸਰਦਾਰ ਹੈ, ਸਿੰਘ ਇਜ਼ ਕਿੰਗ, ਕਦੀ ਸੱਜੇ ਕਦੀ ਖੱਬੇ ਨਹੀਂ ਰੀਸਾਂ, ਬੱਲੇ ਬੱਲੇ ਹੋਈ ਪਈ ਹੈ, ਮੁਕਾਬਲਾ ਸਖ਼ਤ ਹੈ ਤੇ ਪੁਆਇੰਟ ਇਸ ਵੇਲੇ ਨੌਜਵਾਨ ਰੇਡਰ ਦੇ ਹਿੱਸੇ ਜੁੜਦਾ ਹੋਇਆ। ਮੁਕਾਬਲਾ ਜਿਹੜਾ ਸਮਾਪਤ ਹੈ, ਸਰਾਵਾਂ ਦੀ ਟੀਮ ਇਸ ਮੈਚ ਦੇ ਵਿੱਚ ਜੇਤੂ ਹੈ ਜੀ।
ਬਲਵਿੰਦਰ ਨੋਟ ਕਰਿਓ ਸਰਾਵਾਂ ਦੀ ਟੀਮ ਜਿਹੜੀ ਇਸ ਮੈਚ ਦੇ ਵਿੱਚ ਜੇਤੂ ਟੀਮ ਹੈ। ਵਾਹ ਜੀ ਵਾਹ, ਇਧਰ ਸਾਡਾ ਵੀਰ ਦੀਪ ਔਲਖ, ਸਾਡਾ ਵੀਰ ਬਹੁਤ ਹੀ ਸਤਿਕਾਰ। ਹੈਲੋ, ਦੀਪ ਔਲਖ ਸਾਡਾ ਵੀਰ, ਉਹਨਾਂ ਵੱਲੋਂ 100 ਰੁਪਈਆ ਬੋਲਾਂ ਤੋਂ ਖੁਸ਼ ਹੋ ਕੇ ਜਿਹੜੇ ਮਾਣ ਆਏ ਨੇ। ਉਧਰ ਬੂਟੇ ਵਰਗੇ ਸੱਜਣ ਵੀ ਬੈਠੇ ਨਜ਼ਰ ਆ ਰਹੇ ਨੇ ਰਾਮੂ ਵਾਲੀਏ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਜਗਦੇਵ ਕੈਨੇਡਾ ਕਹਿੰਦੇ ਨੇ ਵੀ ਖੇਡ ਪ੍ਰਮੋਟਰਾਂ ਦੀ ਦੁਨੀਆਂ ਦੇ ਵਿੱਚੋਂ ਇੱਕ ਹੈ ਰਾਮੂ ਵਾਲੇ ਦਾ, ਉਹ ਵੀ ਸਾਡਾ ਵੀਰ ਹਾਜ਼ਰ ਨਾਜ਼ਰ ਹੈ। ਹਰਜੀਤ ਤਲਵਾਰ ਕਲੱਬ ਐਮ ਸਪੋਰਟ ਵਾਲੇ ਨਾਲ ਦੀ ਵਿਰੋਧੀ ਟੀਮ ਗਿੱਦੜ ਪਿੰਡ ਵਾਲੇ ਆ ਜਾਓ ਜੀ। ਲਾਓ ਜੀ ਸਾਡੇ ਵੀਰ ਕਬੱਡੀ 365.com ਦੇ ਨਾਲ ਮੈਚ ਦੇਖ ਰਹੇ। ਕੁਲਦੀਪ ਮਨੀਲਾ ਕਹਿੰਦੇ ਨੇ ਵੀ ਸ਼ੀਰਾ ਮਨੀਲਾ ਰਾਮੂਵਣ ਬੱਲਾ, ਨਾਲ ਹੀ ਮੇਰੇ ਵੀਰੋ ਸਾਡੇ ਵੀਰ ਚੰਦ ਵਰਗੇ ਜਸਵਿੰਦਰ ਸ਼ਿੰਦਾ, ਨਾਲ ਹੀ ਸਤਿਕਾਰਯੋਗ ਸੱਜਣ ਮੇਰੇ ਵੀਰੋ ਮੈਚ ਤੱਕ ਰਹੇ ਨੇ ਸ਼ਿੰਦਾ ਆਸਟ੍ਰੇਲੀਆ। ਵਾਹ ਜੀ ਵਾਹ, ਸ਼ਿੰਦਾ ਆਸਟ੍ਰੇਲੀਆ, ਸ਼ੇਰਾ ਆਸਟ੍ਰੇਲੀਆ, ਦਲਜੀਤ ਨਿਊਜ਼ੀਲੈਂਡ, ਸਾਡੇ ਸਗੜ ਕੇ ਤਾਰ ਵੀਰ ਵੱਲੋਂ ਕਹਿੰਦੇ ਨੇ ਵੀ ਇਹਨਾਂ ਵੱਲੋਂ ਮਾਇਆ ਦੇ ਗੱਫੇ ਬੋਲਣ ਤੋਂ ਖੁਸ਼ ਹੋ ਕੇ ਪਹੁੰਚ ਰਹੇ ਨੇ।